ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਗਿਰਪਾ ਮੈਂ ਸੂਖ ਕਨੇਰੇ कोई न जाने तुमरा अ ऊचे ऊचा तो सकल समग्री तुमरा सूत्र तारी तुमते हुए ਦੁਆਗੇ ਆਕਾਰੀ ਤੇਮਰੀ ਗਤ ਮਿਤਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਹੋਵੇ ਸਿਫਤੁਖ ਸੰਮਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਇਗੁਰੂ ਸਾਬ ਜੀਓ ਮਾਰੂ ਮਹਲਾ ਪਹਿਲਾ ਸੁਨੋ ਰਾਤ ਦਿਨ ਸਦੋਏ ਕੀਏ ਓ ਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਤੀਤਾ ਗੁਰਮੁਖ ਨਿਜ ਘਰ ਪਾਇੰਦਾ ਸੁਨੋ ਰਾਤ ਦਿਨ ਸ ਦੁਏ ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ ਸਤਿਗੁਰਾਂ ਨੇ ਸਤ ਸੰਗਤ ਦਾਏ ਜੋ ਸਮਾਂ ਬਖਸ਼ਿਆ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਨਿਤਨੇਮ ਸਰਵਨ ਕਰ ਰਹੇ ਸੀ ਅਈਦਾ ਜੋ ਦਿਹਾੜਾ ਪ੍ਰਾਪਤ ਹੋ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਖੂਹ ਦੀ ਟਿੰਡ ਦਾ ਸਹਾਰਾ ਲਾ ਕੇ ਮਹਾਰਾਜ ਬਰਾਜਮਾਨ ਹੋਏ ਐਸਾ ਇਤਿਹਾਸਕ ਦਿਨ ਵੀ ਆਪਾਂ ਨੂੰ ਅੱਜ ਪ੍ਰਾਪਤ ਹੋ ਰਿਹਾ ਹੈ ਸਤਿਗੁਰਾਂ ਦੇ ਇਤਿਹਾਸਕ ਦਿਹਾੜੇ ਦੀ ਵਿਚਾਰ ਵੀ ਆਪਾਂ ਕੁਝ ਮਿੰਟਾਂ ਲਈ ਸਰਵਨ ਕਰਾਂਗੇ ਉਸ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਜੀਆਂ ਦੀ ਬਾਣੀ ਮਾਰੂ ਸੁਹ ਲੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਬਾਣੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਸਵਾ ਕੋ ਚੱਲ ਕੇ ਜਾਂਦੇ ਫਿਰ ਵਾਪਸ ਆ ਜਾਂਦੇ ਇਸ ਤਰ੍ਹਾਂ ਸੈਰ ਕਰਦੇ ਕੁਝ ਸਮਾਂ ਫਿਰ ਰੋੜਾਂ ਦੀ ਵਿਛਾਈ ਕਰਕੇ ਆਪਣੀ ਕੁਟਿਆ ਦੇ ਅੰਦਰ ਉਸ ਦੇ ਉੱਪਰ ਪਾਤਸ਼ਾਹ ਜੀ ਬੈਠ ਜਾਂਦੇ ਇਸ ਤਰ੍ਹਾਂ ਦੀ ਇਹ ਕਲਾ ਵਰਤੌਂਦਿਆਂ ਹੋਇਆਂ ਸਿੱਖਾਂ ਦਾ ਭਲਾ ਕਰਨ ਵਾਸਤੇ ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਜੋ ਸਤਿਗੁਰਾਂ ਦੇ ਅੰਮ੍ਰਿਤ ਵਚਨ ਸਰਵਨ ਕਰਕੇ ਲਾਹਾ ਲਈਏ ਮਿਲਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਨੋ ਰਾਤ ਦਿਨ ਸਦੋਇ ਕੀਏ ਸਤਗੁਰੂ ਕਹਿਣ ਲਗੇ ਭਾਈ ਇਹ ਜੋ ਰਾਤਰੀ ਪ੍ਰਾਪਤ ਹੁੰਦੀ ਹੈ ਦਿਹਾੜਾ ਪ੍ਰਾਪਤ ਹੁੰਦਾ ਹੈ ਏ ਵੀ ਉਸ ਅਪਰ ਸਰੂਪ ਪਰਮਾਤਮਾ ਨੇ ਪੈਦਾ ਕੀਤੇ ਦਿਨ ਵੀ ਉਹਨੇ ਬਣਾਇਆ ਹੈ ਤਾਂ ਕਿ ਸੰਸਾਰ ਦੇ ਵਿਅਕਤੀ ਕੰਮਕਾਰ ਕਰ ਸਕਣ ਜੰਗਲ ਦੇ ਜੀਵ ਜੰਤੂ ਆਪਣਾ ਸ਼ਿਕਾਰ ਕਰ ਸਕਣ ਰਾਤ ਬਣਾਈ ਹੈ ਜੀਵ ਜੰਤੂ ਆਰਾਮ ਕਰ ਸਕਣ ਤੋ ਇਸ ਤਰ੍ਹਾਂ ਉਸ ਪ੍ਰਮਾਤਮਾ ਨੇ ਸੰਸਾਰ ਦੀ ਬੰਤਰ ਬਣਾਉਂਦਿਆ ਹੋਇਆ ਇਹ ਦੋਵੇਂ ਦਿਨ ਤੇ ਰਾਤ ਉਸ ਅਕਾਲ ਪੁਰਖ ਨੇ ਬਣਾਏ ਹਨ ਊਪਤ ਖਪਤ ਸੁਖਾਂ ਦੁਖ ਦੀਏ ਫਿਰ ਸਮਾ ਜਦੋਂ ਹੁੰਦਾ ਹੈ ਉਦੋਂ ਜੀਵਾਂ ਨੂੰ ਜਨਮ ਦਿੰਦਾ ਹੈ ਜਦੋਂ ਸਮਾ ਪੂਰਾ ਹੋ ਜਾਂਦਾ ਹੈ ਫਿਰ ਉਸ ਵੇਲੇ ਜੀਵਾਂ ਨੂੰ ਖੋਪਾ ਦਿੰਦਾ ਹੈ ਮੁਕਾ ਵੀ ਦਿੰਦਾ ਹੈ ਮਾਰੇ ਰੱਖੇ ਏਕੋ ਆਪ ਹੈ ਰਖਣ ਵਾਲਾ ਜਨਮ ਦੇਣ ਵਾਲਾ ਉਹ ਆਪ ਹੈ ਜਦੋਂ ਸਮਾਂ ਆਉਂਦਾ ਹੈ ਜਦੋਂ ਜਨਮ ਹੋ ਜਾਂਦਾ ਹੈ ਜਦੋਂ ਮੌਤ ਦਾ ਸਮਾਂ ਆਉਂਦਾ ਫਿਰ ਮੌਤ ਹੋ ਜਾਂਦੀ ਹੈ ਊਪਤ ਖਪਤ ਊਪਰ ਤੋਂ ਭਾਵ ਹੈ ਸੰਸਾਰ ਪੈਦਾ ਕਰ ਦੇਣਾ ਖਪਤ ਤੋਂ ਭਾਵ ਹੈ ਪਰਲੋ ਆ ਗਈ ਹੈ ਸਾਰੇ ਸੰਸਾਰ ਨੂੰ ਸਮੇਟ ਦੇਣਾ ਜਬ ਆਕਰਖ ਕਰਤ ਹਾਂ ਕਬ ਹੂੰ ਤੁਮ ਮੈ ਮਿਲਤ ਦੇ ਹਤਾਰ ਸਭ ਹੂੰ ਗੁਰਬਾਣੀ ਦਾ ਬਚਨ ਹੈ ਜਦੋਂ ਉਸ ਦਾ ਮਨ ਕਰਦਾ ਹੈ ਬਹੁਤੀ ਸ੍ਰਿਸ਼ਟੀ ਸਾਜ ਦਿੰਦਾ ਹੈ ਜਦੋਂ ਮਨ ਕਰਦਾ ਹੈ ਸਾਰਿਆਂ ਨੂੰ ਖਿੱਚ ਕੇ ਆਪਣੇ ਵਿੱਚ ਲੈ ਕਰ ਲੈਂਦਾ ਹੈ ਇਸ ਤਰ੍ਹਾਂ ਕਿ ਇਹ ਉਪਤ ਤੇ ਖਪਤ ਉਹ ਪਰਮਾਤਮਾ ਕਰਨ ਵਾਲਾ ਹੈ ਉਪਤ ਖਪਤ ਸੁੱਖਾਂ ਦੁੱਖ ਦੀਏ ਫਿਰ ਜੀਵਾਂ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਦੁੱਖ ਤੇ ਸੁੱਖ ਮਿਲਦੇ ਨੇ ਸੋ ਜਿਹੜਾ ਸਾਨੂੰ ਸੁੱਖ ਮਿਲਿਆ ਉਹਨੇ ਕੋਈ ਚੰਗਾ ਕਰਮ ਕੀਤਾ ਹੈ ਤੇ ਸੁੱਖ ਮਿਲ ਗਿਆ ਹੈ ਪਾਪ ਕਰਮ ਕੀਤਾ ਹੈ ਤੇ ਦੁੱਖ ਮਿਲ ਗਿਆ ਹੈ ਇਹ ਜੀਵਾਂ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਪਰਮਾਤਮਾ ਸੁੱਖ ਤੇ ਦੁੱਖ ਦਿੰਦਾ ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਪਰਮਾਤਮਾ ਮੇਰਾ ਵੈਰੀ ਬਣਿਆ ਨਹੀਂ ਉਹ ਹੈ ਨਿਰਭਉ ਨਿਰਵੈਰ। ਨਾ ਕਿਸੇ ਦਾ ਲੋਦਾ ਵੈਰ ਹੈ ਨਾ ਕਿਸੇ ਨਾਲ ਉਹਦਾ ਕੋਈ ਡਰ ਹੈ। ਪਰ ਜਿਹੜਾ ਸਾਨੂੰ ਸੁੱਖ ਮਿਲਿਆ ਉਹ ਸਾਡੇ ਕਰਮਾਂ ਦੀ ਨਿਸ਼ਾਨੀ ਹੈ, ਦੁੱਖ ਮਿਲਿਆ ਉਹ ਵੀ ਕਰਮਾਂ ਦੀ ਨਿਸ਼ਾਨੀ ਹੈ। ਉਹ ਪਰਮਾਤਮਾ ਕਰਮਾਂ ਦੇ ਮੁਤਾਬਕ ਹੀ ਜੀਵਾਂ ਨੂੰ ਸੁੱਖ ਤੇ ਦੁੱਖ ਦਿੰਦਾ ਹੈ ਸੁੱਖ ਦੁੱਖ ਹੀ ਤੇ ਅਮਰ ਤੀਤਾ ਪਰ ਉਹ ਪਰਮਾਤਮਾ ਆਪ ਦੁੱਖ ਤੋਂ ਵੀ ਪਰੇ ਹੈ ਤੇ ਸੁੱਖ ਤੋਂ ਵੀ ਪਰੇ ਹੈ ਜੇ ਕੋਈ ਵਿਅਕਤੀ ਆਖੇ ਨਾ ਵੀ ਮੈਂ ਰੱਬ ਨੂੰ ਦੁੱਖ ਦੇ ਦੇਵਾਂਗਾ ਜਾਂ ਮੈਂ ਸੁੱਖ ਦੇ ਦੇਵਾਂਗਾ ਨਹੀਂ ਉਹ ਸੁੱਖ ਦੇਖ ਤੋਂ ਪਰੇ ਹੈ ਦੁਨੀਆ ਦੇ ਲੋਕ ਭਾਵੇਂ ਜਿੰਨਾ ਮਰਜ਼ੀ ਤਸ਼ੱਦਦ ਕਰ ਲੈਣ ਕਸ਼ਟ ਦੇ ਦੇਣ ਉਹ ਕਹਿਣ ਲੱਗੇ ਤੇਰਾ ਕੀ ਆ ਮਿਠਾ ਮੀਠਾ ਲੱਗੈ ਇਹ ਇਸੇ ਤਰ੍ਹਾਂ ਚੰਦੂ ਦੀ ਬਾਤ ਤੀ ਤਵੀ ਤੇ ਬਿਠਾ ਕੇ ਦੁੱਖ ਦਿਨਾ ਚਾਹੁੰਦਾ ਨਾ ਨਹੀਂ ਉਹ ਦੁੱਖ ਤੋਂ ਪਰੇ ਨੇ ਸੰਸਾਰੀ ਦੁੱਖ ਉਹਨਾਂ ਨੂੰ ਵਿਆਪਦਾ ਹੀ ਨਹੀਂ ਹੈ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਧੀਰਜ ਇਸ ਤਰ੍ਹਾਂ ਦੀ ਹੈ ਅਤੇ ਜੇ ਕੋਈ ਵਿਅਕਤੀ ਕਹੇ ਕਿ ਮੈਂ ਬੜੇ ਸੁਖ ਦੇ ਸਕਦਾ ਨਹੀਂ ਸੁਖ ਤੋਂ ਵੀ ਪਰੇ ਨੇ ਸੁਖ ਦੁਖ ਤੋਂ ਸਤਗੁਰੂ ਨਰਲੇਪ ਰਹਿੰਦੇ ਹਨ ਗੁਰਮੁਖ ਨਿਜ ਘਰ ਪਾਏ ਦਾ ਜਿਹੜੇ ਗੁਰਮੁਖ ਨੇ ਉਹ ਫਿਰ ਕਹਿਣ ਲੱਗੇ ਵੀ ਸਤਗੁਰਾਂ ਦੀ ਕਿਰਪਾ ਦੇ ਨਾਲ ਆਪਣਾ ਸਰੂਪ ਪ੍ਰਾਪਤ ਕਰ ਲੈਂਦੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰਦੇ ਹਨ ਸਾਮਵੇਦ ਰਿਗ ਯੁਜਰ ਅਥਰਵਨ ਉਸ ਪਰਮਾਤਮਾ ਨੇ ਬ੍ਰਹਮਾ ਨੂੰ ਮੁਖੀ ਬਣਾ ਕੇ ਨਾ ਤੇ ਚਾਰ ਵੇਦ ਇਹਦੇ ਕੋਲੋਂ ਰਚਾਏ ਨੇ ਉਹਨਾਂ ਵੇਦਾਂ ਦੇ ਨਾਮ ਨੇ ਸਾਮਵੇਦ ਹੈ ਰਿਗਵੇਦ ਹੈ ਜਜੁਰਵੇਦ ਹੈ ਤੇ ਅਥਰਵਨ ਵੇਦ ਹੈ ਕਲਯੁਗ ਦਾ ਵੇਦ ਅਥਰਵਨ ਮੰਨਿਆ ਹੈ ਕਲਮੇ ਵੇਦ ਅਥਰਵਨ ਹੂਆ ਉਹ ਕਹਿਣ ਲੱਗੇ ਵੀ ਇਹ ਜਿਹੜੇ ਚਾਰ 베ਦ ਹਨ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਰਚੇ ਗਏ ਬਣਾਏ ਗਏ ਹਨ। ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ। ਸਤਿਗੁਰੂ ਕਹਿਣ ਲੱਗੇ ਨਾ ਚਾਰ 베ਦਾਂ ਦਾ ਮੁਖੀ ਜਿਹੜਾ ਉਹ ਬ੍ਰਹਮਾ ਹੈ। ਬ੍ਰਹਮੇ ਮੁਖ ਬ੍ਰਮਾ ਮੁਖੀ ਹੈ ਭਾਈ ਚਾਰੇ 베ਦ ਵਖਾਨ ਦਾ ਚਤੁਰਮੁਖੀ ਹੋਏ ਖੜਾ ਸਿਆਣਾ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਵੀ ਚਾਰ 베ਦਾਂ ਨੂੰ ਕਹਿਣ ਵਾਲਾ ਠੰਡਾ ਬ੍ਰਹਮਾ ਨਿਗਮ ਵਿਚਾਰ ਹੈ। ਨਿਗਨ ਨਿਗਮ ਨਾਮੀ ਵੇਦਾਂ ਦਾ ਹੀ ਗ੍ਰੰਥਾਂ ਦਾ ਹੀ ਹੈ ਕਹਿਣ ਲੱਗੇ ਵੀ ਬ੍ਰਹਮਾ ਨੇ ਚਾਰ ਵੇਦ ਉਚਾਰੇ ਬ੍ਰਮਾ ਨੂੰ ਮੁਖੀ ਮੰਨਿਆ ਹੈ ਜੋ ਇਹਨਾਂ ਨੂੰ ਉਚਾਰਨ ਵਾਲਾ ਮੁੱਖ ਪੁਜਾਰੀ ਇਹੋ ਹੀ ਹੈ ਵੇਦਾਂ ਨੂੰ ਪੜਨ ਵਾਲਾ ਤੇ ਪਾਤਸ਼ਾਹ ਕਹਿਣ ਲੱਗੇ ਮਾਇਆ ਹੈ ਤ੍ਰੈ ਗੁਣ ਇਸ ਬ੍ਰਹਮਾ ਨੂੰ ਵੀ ਇਹ ਜਿਹੜੀ ਤਿੰਨਾ ਗੁਣਾ ਵਾਲੀ ਮਾਇਆ ਹੈ ਨਾ ਬ੍ਰਹਮਾ ਨੂੰ ਵੀ ਚਿੰਬੜੀ ਹੋਈ ਹੈ ਬ੍ਰਹਮਾ ਵੀ ਇਸ ਮਾਇਆ ਵਿੱਚ ਹੀ ਫਸਿਆ ਹੋਇਆ ਉਹ ਵੀ ਕੋਈ ਨਿਰਲੇਪ ਨਹੀਂ ਹੈ ਫਿਰ ਮਹਾਰਾਜ ਫਰਮਾਉਂਦੇ ਹਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਆਪਾਂ ਇਸ ਤਰ੍ਹਾਂ ਕਹਿ ਲਈਏ ਬਰਮਾ ਨੇ ਇਹਨਾਂ ਚਾਰਾਂ ਵਿਦਾਂ ਨੂੰ ਆਪਣੇ ਮੁਖ ਕਹੀਏ ਮੂਸ ਦੇ ਨਾਲ ਪੜਦਾ ਹੈ ਆਪਣੇ ਮੂੰਹ ਦੇ ਨਾਲ ਬਰਮਾ ਪੜਦਾ ਪਹਿਲੇ ਵਿੱਚ ਆਪਾਂ ਅਰਥ ਇਹ ਕੀਤਾ ਸੀ ਵੀ ਬਰਮਾ ਮੁਖੀ ਹੈ ਇਹਨਾਂ ਵਿਦਾਂ ਨੂੰ ਸੋ ਬਣਾਉਣ ਵਾਸਤੇ ਹੁਣ ਬਚਨ ਆ ਗਿਆ ਹੈ ਮੂੰਹ ਤੋਂ ਭਾਵ ਹੈ ਆਪਣੇ ਮੁਖੋਂ ਕਹਿ ਕਹਿ ਕੇ ਕਹਿ ਕਹਿ ਕੇ ਉਚਾਰ ਉਚਾਰ ਕੇ ਬਰਮਾ ਨੇ ਜਿਹੜੇ ਬੇਦ ਰਚੇ ਨੇ ਬਰਮਾ ਵੀ ਇਹ ਗੱਲ ਕਹਿੰਦਾ ਹੈ ਵੀ ਇਹ ਮਾਇਆ ਤਿੰਨਾ ਗੁਣੀ ਤਿੰਨਾ ਗੁਨਾ ਵਾਲੀ ਹੈ ਆਤਮਕ ਤ੍ਰਿਗੁਣ ਰੂਪ ਇਹ ਮਾਇਆ ਹੈ ਜੋ ਜੀਵਾਂ ਦੇ ਪਿੱਛੇ ਲੱਗੀ ਹੋਈ ਹੈ ਤਾਂ ਕੀ ਕੀਮਤ ਕਹਿ ਨਾ ਸਕ ਕੋ ਕਹਿਣ ਲੱਗੇ ਵੀ ਉਸ ਪ੍ਰਮਾਤਮਾ ਦੀ ਕੋਈ ਕੀਮਤ ਕਹਿ ਨਹੀਂ ਸਕਦਾ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕਿਤਾ ਕਿਵੜੀ ਉਹ ਪ੍ਰਮਾਤਮਾ ਬੜਾ ਵੱਡਾ ਹੈ ਮੇਰਾ ਹੱਲ ਹੈ ਬੇਅੰਤ ਹੈ ਉਹਦੀ ਕੋਈ ਕੀਮਤ ਕਹਿ ਨਹੀਂ ਸਕਦਾ ਦੁਨੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਂ ਕਿ ਕੀਮਤ ਕਹਿ ਨਾ ਸਕੈ ਕੋਈ ਦੁਨੀਆਂ ਵਿੱਚ ਸੰਸਾਰ ਵਿੱਚ ਕੋਈ ਵੀ ਰਾਜਾ ਮਹਾਰਾਜਾ ਉਸ ਦੀ ਕੀਮਤ ਨੂੰ ਕਹਿ ਨਹੀਂ ਸਕਦਾ ਹੈ ਕਿਉਂ ਬੋਲੇ ਜਿਉਂ ਬੁਲਾਇੰਦਾ ਜਿਵੇਂ ਉਹ ਪਰਮਾਤਮਾ ਬੁਲਾਉਂਦਾ ਜੀਵ ਉਵੇਂ ਬੋਲਦੇ ਜਿਉਂ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜੀ ਸਗਾਇਓ ਜੋ ਪ੍ਰਭ ਕੀ ਅਤ ਪਿਆਰੀ ਇਹ ਗੁਰਬਾਣੀ ਦੇ ਬਚਨ ਮਹਾਰਾ ਜੀਆਂ ਨੇ ਸਾਨੂੰ ਬਖਸ਼ੇ ਨੇ ਇਹ ਜੀਵ ਜਿਵੇਂ ਬੋਲਦਾ ਹੈ ਇਹ ਉਸੇ ਤਰ੍ਹਾਂ ਹੀ ਬੋਲਦਾ ਜਿਵੇਂ ਪਰਮਾਤਮਾ ਬੁਲਾਉਂਦਾ ਹੈ ਜਿਉ ਜੋ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ ਜਿੱਥੇ ਉਹ ਖੜਾ ਕਰਦਾ ਉਥੇ ਖਲੋਣਾ ਪੈਂਦਾ ਜਿੱਥੇ ਬਿਠਾਉਂਦਾ ਉਥੇ ਬੈਠਣਾ ਪੈਂਦਾ ਜਿਵੇਂ ਉਹ ਬੁਲਾਉਂਦਾ ਹੈ ਨਾ ਮਤ ਸਤ ਮਤ ਦੇ ਕੇ ਉਵੇਂ ਹੀ ਜੀ ਬੋਲਦਾ ਹੈ ਤੋ ਕਹਿਣ ਲੱਗੇ ਭਾਈ ਬਚਨ ਇਹ ਜਿਉ ਜਿਵੇਂ ਉਹ ਬੁਲਾਉਂਦਾ ਸਾਰਿਆਂ ਨੂੰ ਉਵੇਂ ਹੀ ਬੋਲਦੇ ਪੈ ਦੁਨੀਆਂ ਦੇ ਜਿੰਨੇ ਜੀਵ ਜੰਤੂ ਹਨ ਸੁਨੋ ਸप्त ਪਤਾਲ ਉਪਾਏ ਮਹਾਰਾਜ ਕਹਿਣ ਲੱਗੇ ਭਾਈ ਉਹ ਬੜਾ ਸਮਰੱਥ ਹੈ ਪਰਮਾਤਮਾ ਉਸੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਕਿ ਇਹ ਜਿਹੜੇ ਪਤਾਲ ਨੇ ਬਣਾਏ ਨੇ ਇਸੇ ਤਰ੍ਹਾਂ ਆਕਾਸ਼ ਬਣਾਏ ਨੇ ਇਹ ਸਾਰਾ ਕੁਝ ਉਸੇ ਦਾ ਹੀ ਬਨਾਇਆ ਹੋਇਆ ਹੈ ਉਹੀ ਬਣਾਉਣ ਵਾਲਾ ਹੈ ਉਸ ਪ੍ਰਮਾਤਮਾ ਨੇ ਅਸੰਨ ਕਈਏ ਜੋ ਅਫੋਰਸ ਰੂਪ ਪ੍ਰਮਾਤਮਾ ਹੈ ਉਹਨੇ ਸਤ ਜਿਹੜੇ ਇਸ ਤਰ੍ਹਾਂ ਪਤਾਲ ਬਣਾਏ ਨੇ ਉਹਨਾਂ ਦੇ ਨਾਮ ਲਿਖੇ ਗ੍ਰੰਥਾਂ ਦੇ ਵਿੱਚ ਅਤਲ ਹੈ ਬਿਤਲ ਹੈ ਰਸਤਲ ਹੈ ਮਹਾਤਲ ਹੈ ਤਲਤਲ ਹੈ ਤੇ ਇਸੇ ਤਰ੍ਹਾਂ ਰਸਤਲ ਹੈ ਇਹ ਜਿਹੜੇ ਥਲ ਸਾਡੇ ਤੋਂ ਥੱਲੇ ਧਰਤੀਆਂ ਜਿਨ੍ਹਾਂ ਨੂੰ ਪਤਾਲ ਕਿਹਾ ਜਾਂਦਾ ਹੈ ਨਾ ਕਿੰਨੇ ਬਲਰਾਜਾ ਜਿੱਥੇ ਬੈਠਾ ਜਾ ਕੇ ਪਤਾਲ ਦੇ ਅੰਦਰ ਇਹ ਸੱਤ ਲੋਕ ਉਸੇ ਪ੍ਰਮਾਤਮਾ ਨੇ ਬਣਾਏ ਨੇ ਸੱਤ ਪਤਾਲ ਜਿਨ੍ਹਾਂ ਨੂੰ ਆਖਿਆ ਜਾਂਦਾ ਤੁਮ ਹੋ ਪਰੀ ਚਤੁਰਦਸ ਪ੍ਰੰਤਾ ਗੁਰਬਾਣੀ ਦਾ ਬਚਨ ਪੜ੍ਹਿਆ 14 ਲੋਕਾਂ ਦਾ ਵਰਣਨ ਕੀਤਾ ਨਾ Hindu ਧਾਰਮਿਕ ਗ੍ਰੰਥਾਂ ਨੇ ਉਹ 14 ਲੋਕ ਸੱਤ ਪਤਾਲ ਤੇ ਸੱਤ ਆਕਾਸ਼ ਮੰਨ ਕੇ ਤਾਂ 14 ਬਣਦੇ ਸਤਗੁਰੂ ਕਹਿਣ ਲੱਗੇ ਪ੍ਰਮਾਤਮਾ ਸੁਨੋ ਸਬਤ ਪਤਾਲ ਉਪਾਇ ਉਸ ਅਫਰ ਪਰਮਾਤਮਾ ਤੋਂ ਸਤਪਤਾਲ ਬਣੇ ਨੇ ਜਿਨ੍ਹਾਂ ਦੇ ਨਾਮ ਅਤਲ ਬਿਤਲ ਰਸਤਲ ਮਹਾਤਲ ਤਲਾਤਲ ਤੇ ਰਸਤਲ ਵਗੈਰਾ ਇਹ ਉਹਨਾਂ ਦੇ ਨਾਮ ਨੇ ਪਰਮਾਤਮਾ ਨੇ ਆਪ ਉਪਾਇ ਕੀਏ ਪੈਦਾ ਕੀਤੇ ਹਨ ਸੁਨੋ ਭਵਨ ਰਖੇ ਲਿਵ ਲਾਏ ਇਸ ਤਰ੍ਹਾਂ ਉਸ ਪਰਮਾਤਮਾ ਨੇ 14 ਭਵਨ ਬਣਾਏ ਨੇ ਤੇ ਉਹ ਸਾਰਿਆਂ ਦੇ ਵਿੱਚ ਆਪਣੀ ਚੇਤਨ ਸਤਾ ਰੱਖੀ ਹੈ ਉਹਨਾਂ ਦੇ ਨਾਮ ਲਿਖੇ ਨੇ ਭੂਰ ਹੈ ਮਹਿਲ ਹੈ ਭੂਵ ਹੈ ਜਨ ਹੈ ਤਪ ਹੈ ਗੂਲ ਲੋਕ ਹੈ ਬ੍ਰਹਮ ਲੋਕ ਹੈ ਇਹ ਗੁਰਮੁਖور ਨਾਲ 14 ਭਵਨਾ ਦੇ ਨਾਮ ਨੇ ਵੀ ਪ੍ਰਮਾਤਮਾ ਨੇ ਐਸੇ 14 ਭਵਨ ਬਣਾ ਕੇ ਰੱਖੇ ਲਿਵ ਲਾਇ ਆਪਣੇ ਧਿਆਨ ਦੇ ਵਿੱਚ 14 ਭਵਨਾ ਨੂੰ ਰੱਖਿਆ ਹੋਇਆ 14 ਭਵਨਾ ਵਿੱਚ ਕੀ ਹੋ ਰਿਹਾ ਹੈ ਸਭ ਕੁਝ ਉਹਦੇ ਧਿਆਨ ਵਿੱਚ ਹੈ ਪਤਾਲ ਵਿੱਚ ਕੀ ਹੋ ਰਿਹਾ ਸਭ ਕੁਝ ਉਹਦੇ ਧਿਆਨ ਵਿੱਚ ਹੈ ਸਾਰਿਆਂ ਨੂੰ ਐਸੇ ਆਪਣੇ ਧਿਆਨ ਵਿੱਚ ਉਸਨੇ ਟਿਕਾਇਆ ਹੋਇਆ ਹੈ ਆਪੇ ਕਾਰਨ ਕੀਆ ਅਪਰੰਪਰ ਉਸ ਪਰੰਪਰ ਪਰੇ ਰੂਪ परमात्मा ਨੇ ਆਪ ਹੀ ਇਹ ਕਾਰਨ ਰੂਪ ਸੰਸਾਰ ਪੈਦਾ ਕੀਤਾ ਹੈ ਇਸ ਸੰਸਾਰ ਬਣਾਉਣ ਵਾਲਾ ਪੈਦਾ ਕਰਨ ਵਾਲਾ ਉਹ ਆਪ ਹੈ ਸਭ ਤੇਰੋ ਕੀਆ ਕਮਾਏਂਦਾ ਸਤਿਗੁਰੂ ਪਾਤਸ਼ਾਹ ਜੀ ਜਿੰਨੇ ਵੀ ਜੀਵ ਕਰਮ ਕਰਦੇ ਪੈ ਨੇ ਇਹ ਸਾਰੇ ਤੇਰੇ ਕਹਿ ਹੋਏ ਕਰਮ ਕਰਦੇ ਪੈ ਜਿਵੇਂ ਜਿਵੇਂ ਤੂੰ ਕਿਸੇ ਨੂੰ ਪ੍ਰੇਰਿਆ ਨ ਉਹਵੇਂ-ਉਵੇਂ ਕਰਮ ਕਰਦੇ ਪੈ ਸਭ ਤੇਰੋ ਕੀਆ ਤੇਰੋ ਕਈਏ ਤੇਰਾ ਕੀਤਾ ਹੋਇਆ ਜੀਵ ਜਿਹੜੇ ਨੇ ਹੁਕਮੋਂ ਕਮਾਉਂਦੇ ਨੇ ਜਾਂ ਪੈ ਇਸ ਤਰ੍ਹਾਂ ਕਹਿ ਲਈਏ ਸਭ ਤੇਰੋ ਕੀਆ ਇਹ ਕਾਰਨ ਇਹ ਜੋ ਸੰਸਾਰ ਹੈ ਨਾ ਸਾਰਾ ਤੁਸੀਂ ਪੈਦਾ ਕੀਤਾ ਤੇਰੋ ਕੀਆ ਤੇਰਾ ਪੈਦਾ ਕੀਤਾ ਹੋਇਆ ਹੈ ਅਤੇ ਇਸ ਤਰ੍ਹਾਂ ਫਿਰ ਇਹ ਜਿਹੜਾ ਜੀਵ ਹੈ ਇਹ ਸਾਰੇ ਤੇਰੇ ਹੁਕਮ ਦੇ ਵਿੱਚ ਹੀ ਕਰਮ ਕਮਾਉਂਦੇ ਪਏ ਚੰਗੇ ਮਾੜੇ ਲੇਖਾਂ ਨੂੰ ਲਿਖਾਉਂਦੇ ਪਏ ਹਨ ਰਾਜ ਤਮ ਸਤ ਕਲ ਤੇਰੀ ਛਾਇਆ ਰਾਜ ਕਹਿਣ ਲੱਗੇ ਰਜੋ ਗੁਣ ਹੈ ਤਮੋ ਗੁਣ ਹੈ ਸਤੋ ਗੁਣ ਹੈ ਇਹ ਜਿਹੜੇ ਤਿੰਨ ਗੁਣ ਪ੍ਰਮਾਤਮਾ ਨੇ ਬਖਸ਼ਿਸ਼ ਕੀਤੇ ਇਹ ਸਭ ਤੇਰੀ ਛਾਇਆ ਇਹ ਤੇਰੀ ਛਾਇਆ ਕਹੀਏ ਜਿਹੜੀ ਸ਼ਕਤੀ ਹੈ ਨਾ ਸ਼ਕਤੀ ਦੇ ਪਰਛਾਵੇਂ ਦੇ ਨਾਲ ਇਹ ਸਭ ਕੁਝ ਪੈਦਾ ਹੋਏ ਕਲ ਨਾਮ ਸ਼ਕਤੀ ਦਾ ਤੇਰੇ ਸ਼ਕਤੀ ਜੋ ਮਾਇਆ ਹੈ ਉਹਦੇ ਪਰਛਾਵੇਂ ਦੇ ਨਾਲ ਹੀ ਇਹ ਤਿੰਨ ਗੁਣ ਜਿਹੜੇ ਪੈਦਾ ਹੋਏ ਆ ਨਾ ਜਨਮ ਮਰਨ ਹਉ ਮੈਂ ਦੁੱਖ ਪਾਇਆ ਕੋ ਇਸੇ ਤਰ੍ਹਾਂ ਹਉਮੇ ਦੇ ਵਿੱਚ ਲੱਗਣ ਕਰਕੇ ਜੀਵ ਨੇ ਜੰਮਣ ਤੇ ਮਰਨ ਦਾ ਦੁੱਖ ਪਾਇਆ ਇਹ ਜਿਹੜਾ ਜ਼ੋਖ ਹੈ ਨਾ ਜੰਮ ਕੇ ਆਉਣਾ ਇਹਦਾ ਮੁੱਢ ਹੋਂਮੇ ਹੈ ਮਰ ਕੇ ਜਾਣਾ ਇਹਦਾ ਮੁੱਢ ਵੀ ਹੋਂਮੇ ਹੈ ਮੈਂ ਨਾ ਮਰਾਂ ਮੈਂ ਨਹੀਂ ਮਰਦਾ ਕਿਸੇ ਕੋਲੋਂ ਜਾਓ ਜੋ ਕਰ ਲੋ ਜਿੰਨੇ ਕਰਨਾ ਹੈ ਇਹ ਹੋਂਮੇ ਹੈ ਵੀ ਮੈਨੂੰ ਨਹੀਂ ਕੋਈ ਮਾਰ ਸਕਦਾ ਐਸੇ ਹੋਂਮੇ ਨਹੀਂ ਮਰਵਾ ਦਿੱਤਾ ਅਰਨਾਖਵੀ ਤੇ ਕਹਿੰਦਾ ਨਾ ਮੈਂ ਨਹੀਂ ਮਰਾਂਗਾ ਹੋਂਮੇ ਹੀ ਹੈ ਨਾ ਮੈਨੂੰ ਕੌਣ ਮਾਰੇਗਾ ਕਿਉਂਕਿ ਨਾ ਮੈਂ ਧਰਤੀ ਤੇ ਮਰਨਾ ਨਾ ਮੈਂ ਆਕਾਸ਼ ਤੇ ਮਰਨਾ ਨਾ ਮੈਨੂੰ ਕੋਈ ਜੀਵ ਜੰਤੂ ਮਾਰ ਸਕਦਾ ਮੈਂ ਤੇ ਮਰਨਾ ਹੀ ਨਹੀਂ ਹੋਂਮੇ ਹੈ ਤੇ ਕਹਿਣ ਲੱਗੇ ਹਉਮੈ ਕਰਕੇ ਉਹ ਮਰ ਗਿਆ ਹਉਮੈ ਸਾਡੇ ਵਿੱਚ ਵੀ ਐਸੀ ਵੀ ਆਖ ਲੈ ਸਾਨੂੰ ਕੋਣ ਕੋਈ ਉਂਗਲ ਕਰ ਸਕਦਾ ਹੈ ਨਹੀਂ ਪਾਤਸ਼ਾਹ ਕਹਿਣ ਲੱਗੇ ਭਾਈ ਵਜਨ ਇਹ ਹੈ ਵੀ ਹਉਮੈ ਕਰਕੇ ਹੀ ਜੀਵ ਮਰਦੇ ਨੇ ਤੇ ਹਉਮੈ ਕਰਕੇ ਹੀ ਦੁਨੀਆ ਤੇ ਆਉਂਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ ਇਹ ਬਾਣੀ ਦਾ ਬਚਨ ਆਪਾਂ ਪੜਿਆ ਹੈ ਵੀ ਹਉਮੈ ਕਰਦਾ ਹੀ ਜੰਮ ਕੇ ਆਉਂਦਾ ਹੈ ਫਿਰ ਇਹ ਤੇ ساری ਉਮਰ ਹਉਮੇ ਮੈਂ ਮੇਰੀ ਕਰਦਾ ਰਹਿੰਦਾ ਫਿਰ ਇਥੋਂ ਮਰ ਕੇ ਦੁਨੀਆ ਤੋਂ ਤੁਰ ਪੈਂਦਾ ਹੈ ਸੋ ਪਾਤਸ਼ਾਹ ਕਹਿਣ ਲੱਗੇ ਹਉਮੇ ਕਰਕੇ ਜੰਮਨ ਮਰਨ ਦਾ ਦੁੱਖ ਇਸ ਜੀਵ ਨੇ ਪ੍ਰਾਪਤ ਕੀਤਾ ਹੈ ਜਿਸ ਦਿਨ ਹੌਮੇ ਮਰ ਗਈ ਨਾ ਉਸ ਦਿਨ ਜੰਮਨ ਮਰਨ ਵੀ ਖਤਮ ਹੋ ਜਾਣਾ ਹੈ ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ ਮੁਖੀ ਗੁਰੂ ਪਾਤਸ਼ਾਹ ਜਿਨ੍ਹਾਂ ਦੇ ਉੱਪਰ ਗੁਰਮੁਖੋ ਕਿਰਪਾ ਕਰਦੇ ਨਾ ਉਹ ਫਿਰ ਸਤ ਸੰਗਤ ਵਿੱਚ ਆਉਂਦੇ ਫਿਰ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਗੁਣ ਚੌਥੇ ਮੁਕਤ ਕਰਾਏ ਦਾ ਉਹ ਗੁਰਮੁਖ ਨੇ ਉਹਨਾਂ ਦੇ ਗੁਣ ਗਾਏ ਨੇ ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ ਫਿਰ ਸੰਗਤ ਵਿੱਚ ਬੈਠ ਕੇ ਗੁਣ ਗਾਉਂਦੇ ਤੇ ਮੁਕਤ ਕਰਾਇੰਦਾ ਫਿਰ ਪ੍ਰਮਾਤਮਾ ਕੀ ਕਰਦੇ ਉਹਨਾਂ ਨੂੰ ਤੁਰਿਆ ਪਾਦ ਚੌਥੀ ਭੂਮਿਕਾ ਚੌਥਾ ਸੁਨੈ ਜੋ ਨਰ ਜਾਣੈ ਥਾਕੋ ਪਾਪ ਉਹਨਾਂ ਪੁੰਨ ਐਸੀ ਬ੍ਰਹਮ ਦੀ ਅਵਸਥਾ ਬਖਸ਼ਿਸ਼ ਕਰ ਦਿੰਦੇ ਨੇ ਫਿਰ ਉਹ ਕਹਿੰਦੇ ਤੇਰੋ ਕੀਆ ਤੁਜੈ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੁਲਾਰ ਤੇਰੋ ਕੀਆ ਤੁਜੈ ਕਿਆ ਅਰਪੂ ਤੇਰਾ ਪੈਦਾ ਕੀਤਾ ਹੋਇਆ ਸਭ ਦੇ ਵਿੱਚ ਬ੍ਰਾਹਮੀ ਦਿਸਦਾ ਪਿਆ ਹੈ ਤੇ ਤੁਜੇ ਕੀ ਆਰਪੂ ਮਹਾਰਾਜ ਫਿਰ ਤੁਹਾਨੂੰ ਭੇਟ ਕੀ ਕਰੀਏ ਸਾਰਿਆਂ ਵਿੱਚ ਤੁਸੀਂ ਆ ਬੈਠੇ ਸਭ ਕੁਝ ਨਾਮ ਹੈ ਐਸੀ ਅਵਸਥਾ ਬਣ ਜਾਂਦੀ ਹੈ ਤੇਰੋ ਕੀ ਆ ਤੁਜੇ ਕੀ ਆਰਪੂ ਨਾਮ ਤੇਰਾ ਤੂੰ ਹੀ ਚਵਰ ਢੁਲਾਰੇ 10864 ਖਾਨੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਪਾਛਿਆ ਕਹਿਣ ਲੱਗੇ ਬਚਨੇ ਹੈ ਭਾਈ ਵੀ 88 ਭਾਵੇਂ ਤੀਰਥ ਬਣੇ ਨੇ 18 ਭਾਵੇਂ ਪੁਰਾਣ ਬਣੇ ਨੇ ਸੇਮਰਤੀਆਂ శాਸਤਰ ਧਾਰਮਿਕ ਗ੍ਰੰਥ ਬਣੇ ਨੇ ਸਾਰਿਆਂ ਵਿੱਚ ਇਹ ਆਪ ਪਾਤਸ਼ਾਹ ਵਰਤਦੇ ਭੈ ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਚੌਥੀ ਭੂਮਿਕਾ ਨੂੰ ਜਿਹੜਾ ਜਾਣਨ ਵਾਲਾ ਹੈ ਨਾ ਉਹ ਸਾਰਿਆਂ ਥਾਵਾਂ ਤੇ ਪ੍ਰਮਾਤਮਾ ਨੂੰ ਜਾਣ ਕੇ ਉਹਦੇ ਗੁਣ ਗਾ ਕੇ ਤੇ ਉਹਦੀ ਸਿਫਤ ਕਰਦਾ ਫਿਰ ਸੱਚੇ ਪਾਤਸ਼ਾਹ ਉਸਨੂੰ ਮੁਕਤ ਕਰਾ ਜਾਂਦਾ ਮੁਕਤ ਕਰ ਦਿੰਦੇ ਹਨ ਸੁਨੋ ਉਪਜੇ 10 avatars ਮਹਾਰਾਜ ਕਹਿਣ ਲੱਗੇ ਉਸ ਅਫੋਰ ਪ੍ਰਮਾਤਮਾ ਤੋਂ ਹੀ ਜਿਹੜੇ 10 avatars ਨੇ ਨਾ ਪੈਦਾ ਹੋਏ ਦੋਏ ਬਨ ਚਰ ਦੋਏ ਬਾੜ ਚਰ ਚਾਰ ਬ੍ਰਹਮ ਦੋਏ ਭੂਪ ਇਹ ਤੁਲਸੀदास ਜੀ ਆਨੇ ਵਜਨ ਲਿਖੇ ਨੇ ਵੀ 10 avatars ਦੋਏ ਬਨ ਚਰ ਦੋ ਜੰਗਲ ਵਿੱਚ ਵਿਚਰਣ ਵਾਲੇ ਨੇ ਜਿਵੇਂ ਬਰਾ ਅਵਤਾਰ ਹੈ ਬਰਾ ਸੂਰ ਨੂੰ ਕਿਹਾ ਜਾਂਦਾ ਸੂਰ ਦਾ ਅਵਤਾਰ ਲਿਆ ਸੀ ਭਗਵਾਨ ਵਿਸ਼ਨੂੰ ਜੀ ਆ ਨੇ ਸਮੁੰਦਰ ੜਕਣ ਵਾਸਤੇ ਇੱਕ ਉਹ ਅਵਤਾਰ ਹੈ ਦੂਜਾ ਉਸ ਵੇਲੇ ਮੰਨਿਆ ਜਾਂਦਾ ਹੈ ਜੰਗਲ ਵਿੱਚ ਵਿਚਰਨ ਵਾਲਾ ਅਵਤਾਰ ਜਿਹੜਾ ਹੈ ਨਰ ਸਿੰਘ ਮੰਨਿਆ ਜਾਂਦਾ ਹੈ ਜਿਹੜਾ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਉਸ ਵੇਲੇ ਧਾਰਨ ਕੀਤਾ ਸੀ ਕਹਿਣ ਲੱਗੇ ਵੀ ਇਹ ਦੋ ਅਵਤਾਰ ਜੰਗਲ ਵਿੱਚ ਰਹਿਣ ਵਾਲੇ ਇੱਕ ਸੂਰ ਹੈ ਦੂਜਾ ਨਰ ਸਿੰਘ ਹੈ ਇਹ ਦੋੇ ਬਾਰ ਚਾਰ ਦੋ ਜਿਹੜੇ ਨੇ ਪਾਣੀ ਵਿੱਚ ਰਹਿਣ ਵਾਲੇ ਨੇ ਜਿਹਨੂੰ ਮੱਛ ਤੇ ਕਾਸ਼ਵ ਉਤਾਰ ਆਖਿਆ ਹੈ ਸੋ ਇਹ ਦੋ ਉਤਾਰ ਜਿਹੜੇ ਜਲ ਵਿੱਚ ਰਹਿਣ ਵਾਲੇ ਬਰਾ ਉਤਾਰ ਗੁਰਮਖੋ ਸੂਰ ਦਾ ਉਹ ਹੈ ਜਦੋਂ ਹਰਣ ਕਵਸ਼ ਧਰਤੀ ਤੋੜ ਕੇ ਲੈ ਗਿਆ ਸੀ ਨਾ ਕਸ਼ਮੀਰ ਦੀ ਧਰਤੀ ਥੱਲੇ ਪਤਾਲ ਵਿੱਚ ਜਾ ਕੇ ਸਮੁੰਦਰਾਂ ਵਿੱਚ ਲਕੋ ਕੇ ਬੈਠ ਗਿਆ ਚਾਰ ਸਫੇਰੇ ਗੰਦਗੀ ਦੇ ਢੇਰ ਲਾ ਦਿੱਤੇ ਵੀ ਕੋਈ ਛਡਾਉਣ ਵਾਸਤੇ ਲੈਣ ਵਾਸਤੇ ਨਾ ਆਵੇ ਉਸ ਵੇਲੇ ਫਿਰ ਭਗਵਾਨ ਜੀਆ ਨੂੰ ਸੂਰ ਦਾ ਅਵਤਾਰ ਕਿਉਂਕਿ ਸੂਰ ਗੰਦਗੀ ਵਿੱਚ ਜਾ ਸਕਦਾ ਹੈ ਦਾੜਾ ਅਗਰੇ ਪ੍ਰਥਮ ਤਰਾਇਣ ਗੁਰਬਾਣੀ ਦਾ ਬਚਨ ਵੀ ਹੈ ਫਿਰ ਹਰਣ ਕਪਸ਼ ਨੂੰ ਮਾਰ ਕੇ ਆਪਣੀਆਂ ਦਾੜਾਂ ਦੇ ਉੱਪਰ ਰੱਖ ਕੇ ਇਹ ਜਿਹੜੀ ਧਰਤੀ ਵਾਪਸ ਲੈ ਕੇ ਆਂਦੀ ਤੇ ਉਸ ਦਾ ਬਚਾ ਕੀਤਾ ਇਸ ਤਰ੍ਹਾਂ ਕਹਿਣ ਲੱਗੇ ਬਰਾ ਅਵਤਾਰ ਧਾਰਿਆ ਜੋ ਜੰਗਲ ਵਿੱਚ ਰਹਿੰਦਾ ਸੂਰ ਦਾ ਅਵਤਾਰ ਧਰਤੀ ਲਿਆਉਣ ਵਾਸਤੇ ਨਰ ਸਿੰਘ ਦਾ ਅਵਤਾਰ ਧਾਰਿਆ ਜਦੋਂ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਮਾਛ ਅਵਤਾਰ ਪਾਣੀ ਵਿੱਚ ਰਹਿਣ ਵਾਲਾ ਤੇ ਕਛ ਅਵਤਾਰ ਪਾਣੀ ਵਿੱਚ ਰਹਿਣ ਵਾਲਾ ਧਾਰਨ ਕੀਤਾ ਹੈ ਜਿਸ ਵੇਲੇ ਮਧਿਆचल ਪर्वਤ ਨੂੰ ਰੱਖ ਕੇ ਦੇਵੀ ਦੇਵਤਿਆਂ ਨੇ ਅਤੇ ਐਸੀ ਤਰ੍ਹਾਂ ਦੇਵਤਾਂ ਨੇ ਰੜਕਿਆ ਹੈ ਇਸ ਤਰ੍ਹਾਂ ਦੋਏ ਬਨਚਰ ਦੋਏ 바ਰਚਰ ਇਹ ਦੋ ਜੰਗਲ ਵਿੱਚ ਦੋ ਪਾਣੀ ਵਿੱਚ ਰਹਿਣ ਵਾਲੇ ਚਾਰ ਅਵਤਾਰਾਂ ਦੀ ਗਿਣਤੀ ਹੈ ਚਾਰ ਵਿਪਰ ਦੋਏ ਭੂਤ ਇੱਕ ਬੁੱਧਾ ਅਵਤਾਰ ਮੰਨਿਆ ਹੈ ਪਹਿਲੇ ਸਮੇਂ ਵਿੱਚ ਕਿਤੇ ਹੋਇਆ ਇਹ ਵੀ ਬ੍ਰਾਹਮਣ ਸੀਗਾ ਅਤੇ ਦੂਜਾ avatars ਜਿਹੜਾ ਹੈ 52 52 avatars ਨੂੰ ਮੰਨਿਆ 52 ਉਂਗਲਾਂ ਕੱਦ ਵਾਲਾ ਛੋਟਾ ਜਿਹਾ ਬ੍ਰਾਹਮਣ ਬਣ ਕੇ ਬਲਰਾਜੇ ਨੂੰ ਛਲਣ ਵਾਸਤੇ ਆ ਗਏ ਸਨ ਸੋ ਉਹ ਬ੍ਰਾਹਮਣ avatars ਹੈ ਅਤੇ ਐਸੇ ਤਰ੍ਹਾਂ ਗੁਰਮੁਖੋ ਤੀਜਾ ਬ੍ਰਾਹਮਣ ਜਿਹੜਾ ਹੈ ਉਹ ਮੰਨਿਆ ਹੈ ਕਿ ਜਿਸ ਨੇ ਸਾਰੇ ਖੱਤਰੀਆਂ ਨੂੰ ਖਤਮ ਕਰਕੇ ਤੇ ਬ੍ਰਾਹਮਣਾਂ ਨੂੰ ਰਾਜ ਦਿੱਤਾ ਹੈ ਭਗਵਾਨ ਰਾਮਚੰਦਰ ਜੀਆ ਦੇ ਸਮੇਂ ਸੋ ਉਹਨਾਂ ਪਰਸਰਾਮ ਨੂੰ અવਤਾਰ ਮੰਨਿਆ ਹੈ ਪਰਸਰਾਮ ਵੀ ਬ੍ਰਾਹਮਣ ਹਨ ਤੇ ਚੌਥਾ અવਤਾਰ ਅਗੇ ਕਾਲ ਯੁਗ ਦੇ ਵਿੱਚ ਜਿਹੜਾ ਕਲਕੀ ਨਿਹਕਲੰਕੀ અવਤਾਰ ਜਿਸ ਨੂੰ ਕਹਿੰਦੇ ਕਲਕੀ અવਤਾਰ ਹੋਣਾ ਹੈ ਇਹ ਚੌਥਾ અવਤਾਰ ਹੈ 4 ਤੇ 4 8 ਬਣ ਗਏ ਨੌਵੇਂ ਨੇ ਭਗਵਾਨ ਕ੍ਰਿਸ਼ਨ ਜੀ ਤੇ ਦਸਵੇਂ ਨੇ ਭਗਵਾਨ ਰਾਮ ਜੀ ਇਸ ਤਰ੍ਹਾਂ ਇਹ 10 અવਤਾਰ ਨੇ ਮਹਾਰਾਜ ਕਹਿਣ ਲੱਗੇ ਹੁਕਮ ਹੈ ਉਪਜੈ 10 ਅਵਤਾਰਾ 10 ਇਹਲੇ ਅਵਤਾਰ ਜਿਨ੍ਹਾਂ ਦੀ ਆਪਾਂ ਹੁਣੇ ਕਥਾ ਸਰਵਣ ਕੀਤੀ ਹੈ ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਪੈਦਾ ਹੋਏ ਹਨ ਸ੍ਰੇਸ਼ਟ ਉਪਾਏ ਕੀ ਆਪਸਾਰਾ ਉਸ ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਤੇ ਜੀਵ ਜੰਤੂਆਂ ਦਾ ਪਸਾਰਾ ਉਸ ਨੇ ਪਸਾਰਿਆ ਹੈ ਸਾਰਿਆਂ ਨੂੰ ਉਸ ਪਰਮਾਤਮਾ ਨੇ ਬਣਾਇਆ ਹੈ। ਦੇਵ ਤਾਨਵ ਗਨ ਗੰਦਰਬ ਰਾ ਸਾਜੇ ਉਸ ਪਰਮਾਤਮਾ ਨੇ ਦੇਵਤੇ ਬਣਾਏ ਨੇ Hindu ਮਤ ਕਹਿੰਦਾ ਹੈ ਵੀ 33 ਕਰੋੜ ਦੇਵੀ ਦੇਵਤਾ ਹੈ 9 ਕਰੋੜ ਦੇਵੀਆਂ ਨੇ ਇਸ ਤਰ੍ਹਾਂ ਇਹਨਾਂ ਦੀ ਗਿਣਤੀ ਲਿਖੀ ਹੈ ਵੀ ਇੰਨੇ ਦੇਵੀਆਂ ਤੇ ਦੇਵਤੇ ਨੇ। ਪਰ ਇਹ ਸਾਜੇ ਕਹਿੰਦੇ ਪਰਮਾਤਮਾ ਨੇ ਹੀ ਬਣਾਏ ਦੇਵਤੇ ਉਸ ਤੋਂ ਅੱਗੇ ਨੇ ਦਾਨਵ ਦਾਨਵ ਕਹੀਏ ਦੈਤ ਜਿਵੇਂ ਹਰਨਾਕਸ਼ ਹੋਇਆ ਹੈ ਰਾਵਣ ਹੋਇਆ ਹੈ ਸੋ ਇਹਨਾਂ ਨੂੰ ਦਾਇਤ ਮੰਨਿਆ ਜਾਂਦਾ ਇਹਦੇ ਵਰਗੇ ਹোল ਰਕਤ ਬੀਜ ਹੋਇਆ ਹੈ ਸਵਾਸ ਬੀਜ ਹੋਇਆ ਹੈ ਮੈਖਾਸੁਰ ਹੋਇਆ ਹੈ ਤੇ ਇਹਨਾਂ ਦੇ ਨਾਮ ਨੇ ਐਸੀ ਤਰ੍ਹਾਂ ਵੀ ਇਹ ਜਿਹੜੇ ਦਾਇਤ ਵੀ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਇਸ ਤੋਂ ਅੱਗੇ ਫਿਰ ਉਸ ਪ੍ਰਮਾਤਮਾ ਨੇ ਗਣ ਕਈਏ ਜਿਹੜੇ ਗਣ ਨੇ ਸ਼ਿਵ ਜੀ ਦੇ ਨੰਦੀ ਭਰੰਦੀ ਜਿਨ੍ਹਾਂ ਨੂੰ ਗੋਣੇ ਸ਼ੌਣੇ इत्यादि ਕਿਹਾ ਜਾਂਦਾ ਇਹ ਵੀ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਅਤੇ ਗੰਦਰਬ ਜਿਹੜੇ ਦੇਵਤਿਆਂ ਦੀ ਸਭਾ ਦੇ ਵਿੱਚ ਰਾਗ ਪੜਿਆ ਕਰਦੇ ਰਾਗ ਵਿਦਿਆ ਪੜ ਕੇ ਨਿਰਤ ਕਾਰੀ ਕਰਵਾਉਂਦੇ ਉਹਨਾਂ ਨੂੰ ਗੰਧਰਬ ਲਿਖਿਆ ਹੈ ਹਾ ਹਾ ਹੂ ਹੂ ਉਹਨਾਂ ਦੇ ਨਾਮ ਨੇ ਨਾਮ ਹੀ ਉਹਨਾਂ ਦਾ ਹੈ ਹਾ ਹਾ ਇੱਕ ਦਾ ਨਾਮ ਹੈ ਹੂ ਹੂ ਇਹਨਾਂ ਨੂੰ ਗੰਧਰਬ ਲਿਖਿਆ ਹੈ ਵੀ ਦੇਵਤਿਆਂ ਦੀ ਸਭਾ ਦੇ ਵਿੱਚ ਰਾਗ ਵਿਦਿਆ ਦਾ ਗਾਇਨ ਕਰਦੇ ਸਤਿਗੁਰੂ ਕਹਿੰਦੇ ਸਾਰੇ ਪ੍ਰਮਾਤਮਾ ਤੂੰ ਆਪ ਸਾਜੇ ਕੀਏ ਬਣਾਏ ਹਨ ਸਭ ਲਿਖਿਆ ਕਰਮ ਕਮਾਏ ਦਾ ਪਰ ਇਹ ਸਾਰੇ ਚਿਹਰੇ ਲਿਖੇ ਹੋਏ ਕਰਮ ਨੂੰ ਕਮਾਉਂਦੇ ਨੇ ਭਾਵੇਂ ਦੇਵਤੇ ਨੇ ਭਾਵੇਂ दैਤ ਨੇ ਭਾਵੇਂ ਗਣ ਨੇ ਨੰਦੀ ਭਰੰਦੀ ਵਗੈਰਾ ਜੋ ਵੀ ਨੇ ਜਿਨ੍ਹਾਂ ਉੱਪਰ ਸ਼ਿਵ ਜੀ ਆਪਣੀ ਸਵਾਰੀ ਕਰਦਾ ਹੈ ਅਤੇ ਭਾਵੇਂ ਗੰਧਰਬ ਜਿਹੜੇ ਨੇ ਰਾਗ ਵਿਦਿਆ ਪੜਨ ਵਾਲੇ ਇਹ ਸਾਰੇ ਤੇਰੇ ਲਿਖੇ ਹੋਏ ਹੁਕਮ ਨੂੰ ਕਮਾਉਂਦੇ ਪੈ ਤੇਰੇ ਹੁਕਮ ਦੇ ਵਿੱਚ ਨੇ ਜਿਵੇਂ ਦੇ ਕਰਮ ਪਰਮਾਤਮਾ ਤੁਸੀਂ ਲਿਖੇ ਨੇ ਓਵੇਂ ਸਾਰਿਆਂ ਦੇ ਉੱਪਰ ਇਹ ਕਰਮਾਂ ਦਾ लेखा-ਜੋਖਾ ਬਣਿਆ ਰਹਿੰਦਾ ਹੈ ਮਤਾਂ ਕੋ ਇਹ ਸੋਚੇ ਵੀ ਦੇਵਤੇ ਕਰਮਾਂ ਵਿੱਚ ਨਹੀਂ ਆਉਂਦੇ ਜਾਂ ਦੇਵਤਿਆਂ ਨੂੰ ਕਰਮਾਂ ਦਾ लेखा ਨਹੀਂ ਪੈਂਦਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਲੱਗੇ ਨਹੀਂ ਭਾਈ ਦੇਵਤੇ ਵੀ ਕਰਮਾਂ ਵਿੱਚ ਹੀ ਆਉਂਦੇ ਨੇ ਉਹਨਾਂ ਨੂੰ ਵੀ ਕਰਮਾਂ ਦਾ ਲੇਖਾ ਜੋਖਾ ਭੁਗਣਾ ਪੈਂਦਾ ਜਿਵੇਂ ਇਹਦੇ ਪਾਪ ਕਰਦੇ ਓਵੇਂ ਦੀ ਸਜ਼ਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਗੁਰਮੁਖ ਸਭ ਜੈ ਰੋਗ ਨਾ ਹੋਈ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਕੋਲੋਂ ਸਮਝਦੇ ਨੇ ਨਾ ਗੁਰਮਖੋਂ ਉਹਨਾਂ ਨੂੰ ਫਿਰ ਹਉਮੈ ਦਾ ਰੋਗ ਨਹੀਂ ਹੁੰਦਾ ਇਹ ਹਉਮੈ ਦਾ ਰੋਗ ਦੇਵਤਿਆਂ ਨੂੰ ਵੀ ਹੋ ਜਾਂਦਾ ਦੇਵਤੇ ਵੀ ਹਉਮੈ ਵਿੱਚ ਆ ਜਾਂਦੇ ਪਰਮਾਤਮਾ ਨੂੰ ਹਉਮੈ ਦਾ ਰੋਗ ਕੋਈ ਨਹੀਂ ਇੱਕ ਵਾਰੀ ਦੇਵਤਿਆਂ ਨੂੰ ਹੰਕਾਰ ਹੋ ਗਿਆ ਨਾ ਵੀ ਅਸੀਂ ਬੜੇ ਵੱਡੇ ਆ ਪਰਮਾਤਮਾ ਜੀ ਰੂਪ ਬਦਲ ਕੇ ਚਲੇ ਗਏ ਉਸ ਵੇਲੇ ਇੰਦਰ ਨੇ ਭੇਜਿਆ ਪਵਨ ਦੇਵਤਾ ਨੂੰ ਕਹਿਣ ਲੱਗੇ ਜਾਓ ਪੁੱਛੋ ਕੌਣ ਹੈ ਕਿਉਂ ਇੱਥੇ ਬਿਠਾ ਆ ਕੇ ਪਵਨ ਦੇਵ ਜੀ ਗਏ ਜਾ ਕੇ ਪੁੱਛਿਆ ਤੁਸੀਂ ਕੌਣ ਹੋ ਉਹ ਕਹਿਣ ਲੱਗੇ ਮੇਰੀ ਗੱਲ ਛੱਡ ਮੈਂ ਕੌਣ ਆ ਤੂੰ ਦੱਸ ਵੀ ਤੂੰ ਕੌਣ ਹੈ ਕਹਿਣ ਲੱਗਾ ਮੈਂ ਪਵਨ ਦੇਵਤਾ ਹਵਾ ਦਾ ਦੇਵਤਾ ਹਾਂ ਮੇਰੇ ਵਿੱਚ ਇੰਨੀ ਤਾਕਤ ਹੈ ਵੀ ਮੈਂ ਪੂਰੀ ਦੀ ਪੂਰੀ ਸ੍ਰਿਸ਼ਟੀ ਨੂੰ ਉਡਾ ਸਕਦਾ ਹਾਂ ਉਹਨਾਂ ਨੇ ਆਪਣੇ ਕੋਲ ਇੱਕ ਕੱਖ ਦਾ ਟੀਲਾ ਰੱਖ ਦਿੱਤਾ ਕੱਖ ਕੱਢ ਕੇ ਰੱਖਿਆ ਇੱਕ ਛੋਟਾ ਜਿਹਾ ਟੀਲਾ ਕਹਿਣ ਲੱਗੇ ਲੈ ਫਿਰ ਤਾਕਤ ਵਖਾ ਦੇ ਇਹਨੂੰ ਉਡਾ ਕੇ ਵਖਾ ਗਾ ਸਾਰਾ ਜੋਰ ਲਾ ਕੇ ੜ ਗਿਆ ਕੱਖ ਨਹੀਂ ਉੱਡਿਆ ਨਿੰਮੋ ਝੁਣਾ ਜਾ ਹੋ ਕੇ ਉਸ ਵੇਲੇ ਵਾਪਸ ਮੁੜ ਗਿਆ ਉਸ ਵੇਲੇ ਅੰਦਰ ਨੇ ਫਿਰ ਭੇਜਿਆ ਬਸੰਤਰ ਦੇਵਤਾ ਅਗਦੇ ਦੇਵਤੇ ਨੂੰ ਭੇਜਿਆ ਜਾਓ ਜਾ ਕੇ ਪਤਾ ਕਰੋ ਕੌਣ ਵਸੰਤਰ ਦੇਵਤੇ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਕਹਿਣ ਲੱਗੇ ਜੀ ਮੇਰੀ ਛੱਡੋ ਤੁਸੀਂ ਆਪਣੀ ਦੱਸੋ ਵੀ ਤੁਸੀਂ ਕੌਣ ਹੋ ਕਹਿਣ ਲੱਗਾ ਜੀ ਮੈਂ ਤੇ ਵਸੰਤਰ ਦੇਵਤਾ ਅੱਗ ਦਾ ਦੇਵਤਾ ਮੈਂ ਤੇ ਅੱਗ ਬਾਲ ਕੇ ਸ੍ਰਿਸ਼ਟੀ ਸਾਰੀ ਸਾੜ ਸਕਦਾ ਕਹਿਣ ਲੱਗੇ ਸ੍ਰਿਸ਼ਟੀ ਤੇ ਦੂਰ ਦੀ ਗੱਲ ਐ ਤੀਲਾ ਪਿਆ ਸਾਡੇ ਕੋਲ ਸੁੱਕਾ ਜਾ ਕੱਖ ਇਹਨੂੰ ਸਾੜ ਕੇ ਵਕਾ ਸਾਰੀ ਤਾਕਤ ਲਾ ਹਟਿਆ ਪਰ ਉਹ ਕੱਖ ਨਹੀਂ ਸੜਿਆ ਵਾਪਸ ਮੁੜ ਗਿਆ ਉਸ ਵੇਲੇ ਇੰਦਰ ਨੇ ਫਿਰ ਜਿਹੜਾ ਹੈ ਉਹ ਦੇਵਤਾ ਭੇਜਿਆ ਵਰਣ ਦੇਵਤਾ ਭੇਜਿਆ ਪਾਣੀ ਦਾ ਦੇਵਤਾ ਉਹਨੇ ਵੀ ਜਾ ਕੇ ਉਹੀ ਸਵਾਲ ਕੀਤਾ ਉਹਨਾਂ ਨੇ ਅੱਗੋਂ ਜਵਾਬ ਵੀ ਉਹੀ ਦਿੱਤਾ ਕਹਿਣ ਲੱਗੇ ਮੇਰੀ ਛੱਡ ਤੂੰ ਆਪਣੀ ਦੱਸ ਕਹਿਣ ਲੱਗਾ ਪਾਣੀ ਦਾ ਦੇਵਤਾ ਹਾਂ ਸਾਰੀ ਸ੍ਰਿਸ਼ਟੀ ਨੂੰ ਡਬੋ ਸਕਦਾ ਕਹਿਣ ਲੱਗੇ ਉਹ ਤੇ ਬਾਕੀ ਵੱਡੀ ਗੱਲ ਐ ਆ ਤਿੱਲਾ ਪਿਆ ਇਸ ਨੂੰ ਡਬੋ ਭਲਡ ਬੋ ਸਕਦਾ ਹੈ ਕਿ ਨਹੀਂ ਸਾਰੀ ਤਾਕਤ ਲਾ ਲਈ ਤਿੱਲਾ ਡੁੱਬਿਆ ਹੀ ਨੇ ਸਾਰਿਆਂ ਦਾ ਮਾਣ ਟੁੱਟ ਗਿਆ ਉਸ ਵੇਲੇ ਜਿਹੜੇ ਆਪਣੇ ਆਪ ਨੂੰ ਬੜੇ ਖੱਬੀ ਖਾਨ ਸਮਝਦੇ ਨੇ ਬੜੇ ਵੱਡੇ ਸਾਡੇ ਵਿੱਚ ਬਹੁਤੀ ਤਾਕਤ ਹੈ ਸਾਰਿਆਂ ਦਾ ਮਾਣ ਤੋੜ ਕੇ ਬਿਠਾ ਦਿੱਤਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਭਾਈ ਇਹ ਹਉਮੈ ਦਾ ਰੋਗ ਦੇਵਤਿਆਂ ਦੇ ਵਿੱਚ ਵੀ ਹੈ ਦੇਵਤੇ ਵੀ ਹਉਮੈ ਵਿੱਚ ਆ ਜਾਂਦੇ ਸਾਡੇ ਵਰਗਾ ਕੋਈ ਨਹੀਂ ਜਨਤਾਂ ਦੇ ਵਿੱਚ ਵੀ ਹੈ ਪਰ ਗੁਰਮੁਖ ਜਿਹੜੇ ਬਾਣੀ ਪੜਨ ਵਾਲੇ ਨੇ ਉਹ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਹਉਮੈ ਦਾ ਰੋਗ ਉਹਨਾਂ ਦਾ ਰਹਿ ਹੀ ਨਹੀਂ ਜਾਂਦਾ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਉਹ ਕਹਿਣ ਲੱਗੇ ਵੀ ਅਸੀਂ ਸਭ ਤੋਂ ਬੁਰੇ ਆ ਮਾੜਿਆਂ ਭਾਈ ਕਦੇ ਹਉਮੈ ਦਾ ਵੱਡਾ ਬਚਨੋ ਗੁਰਮੁਖ ਕਰਦੇ ਨਹੀਂ ਹਾਨਾ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਗੁਰਮੁਖੋ ਇਹ ਸਿੱਖਿਆ ਰੂਪੀ ਗੁਰੂ ਦੀ ਪੌੜੀ ਐ ਸਾਰੇ ਨਹੀਂ ਇਹਨੂੰ ਜਾਣ ਸਕਦੇ ਇਹ ਗੁਰੂ ਦੀ ਜਿਹੜੀ ਪੌੜੀ ਹੈ ਨਾ ਸਿੱਖਿਆ ਰੂਪ ਪੌੜੀ ਹੈ ਮਹਾਰਾਜ ਸਿੱਖਿਆ ਦਿੰਦੇ ਪਰ ਸਿੱਖਿਆ ਦੀ ਪੌੜੀ ਨੂੰ ਕੋਈ ਸਾਰੇ ਨਹੀਂ ਸਮਝਦੇ ਬਹੁਤੇ ਲੋਕ ਤੇ ਨੁਕਤਾਚੀਨੀ ਗੁਰੂ ਦੇ ਉੱਪਰ ਵੀ ਕਰਦੇ ਪੈ ਲੈ ਗੁਰੂ ਪਾਤਸ਼ਾਹ ਕਿਵੇਂ ਕਰ ਸਕਦੇ ਗੁਰੂ ਬਾਦਸ਼ਾਹ ਕਿਵੇਂ ਕਰ ਸਕਦਾ ਇਸ ਤਰ੍ਹਾਂ ਗੁਰੂ ਨੂੰ ਵੀ ਉਹਨਾਂ ਨੇ ਅਲਪਾਗੀ ਸਮਝਿਆ ਕਈ ਵਾਰੀ ਕੁਝ ਪ੍ਰਚਾਰਕ ਸਾਡੇ ਇਤਿਹਾਸ ਸੁਣਾਉਂਦੇ ਨੇ ਦਸਵੇਂ ਪਾਤਸ਼ਾਹ ਦਾ ਕਈ ਵਾਰੀ ਉਹ ਗੱਲ ਕਹਿ ਦਿੰਦੇ ਮਹਾਰਾਜ ਇਹ ਕਰਨਾ ਚਾਹੁੰਦੇ ਸਨ ਪਰ ਉਸ ਵੇਲੇ ਹੋ ਨਹੀਂ ਸਕਿਆ ਮਹਾਰਾਜ ਇਧਰ ਨੂੰ ਜਾਣਾ ਚਾਹੁੰਦੇ ਸਨ ਪਰ ਜਾ ਨਹੀਂ ਸਕਿਆ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਅਲਪੱਗ ਹੈ ਗੁਰੂ ਵਿੱਚ ਸਮਰਥਾ ਹੀ ਨਹੀਂ ਵੀ ਜੋ ਚਾਹਣਾ ਕਰਨਾ ਚਾਹਣ ਵੀ ਉਹ ਕਰ ਨਹੀਂ ਸਕੇ ਤੇ ਫਿਰ ਕੱਲ ਨੂੰ ਇਹਨਾਂ ਨੇ ਵੀ ਕਹਿ ਦੇਣਾ ਵੀ ਗੁਰੂ ਪਾਤਸ਼ਾਹ ਦੇ ਤਤੀ ਤਵੀ ਤੇ ਬੈਠਣਾ ਨਹੀਂ ਸਨ ਚਾਹੁੰਦੇ ਪਰ ਬਿਠਾ ਦਿੱਤਾ ਗਿਆ ਸੋ ਇਸ ਤਰ੍ਹਾਂ ਦਾ ਨਿਸ਼ਰਧਕ ਸ਼ਰਦਾ ਤੋਂ ਹੀਣਾ ਬਚਨ ਨਹੀਂ ਕਰਨਾ ਚਾਹੀਦਾ ਉਹ ਸਮਰਾਥ ਨੇ ਜੋ ਚਾਹਣ ਇੱਕ ਫੁਰਨੇ ਦੇ ਨਾਲ ਹੀ ਕਰ ਸਕਦੇ ਇਹ ਦੁਨੀਆ ਦੀ ਤਾਕਤ ਕੀ ਹੈ ਉਹਨਾਂ ਦੇ ਸਾਹਮਣੇ ਪਰ ਇਹਦੇ ਸਾਰਾ ਬਾੜਾ ਖੇਡ ਉਹਨਾਂ ਨੇ ਆਪ ਹੀ ਵਰਤਾਈ ਹੈ ਆਪ ਹੀ ਜਿੱਧਰ ਨੂੰ ਜਾਣਾ ਹੈ ਜੋ ਉਹਨਾਂ ਨੇ ਕਰਨਾ ਹੈ ਉਹ ਸਭ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਹੈ ਜੋ ਕੁਝ ਕਰਨਾ ਸੋ ਕਰ ਰਹਾ ਕਦੇ ਗੁਰੂ ਦੇ ਇਤਿਹਾਸ ਦੇ ਨਾਲ ਇਹ ਬਚਨ ਨਹੀਂ ਜੋੜਨਾ ਚਾਹੀਦਾ ਸਾਡੇ ਪ੍ਰਚਾਰਕਾਂ ਨੂੰ ਵੀ ਗੁਰੂ ਪਾਤਸ਼ਾਹ ਇਧਰ ਨੂੰ ਜਾਣਾ ਚਾਹੁੰਦੇ ਇਹ ਕਰਨਾ ਚਾਹੁੰਦੇ ਤੇ ਕਈਆਂ ਨੇ ਤੇ ਵੀ ਇਤਿਹਾਸ ਵਿੱਚ ਕਹਿ ਦਿੱਤਾ ਵੀ ਔਰੰਗਜ਼ੇਬ ਦੇ ਦਸਕਤ ਕਰਵਾ ਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਚਿੱਠੀ ਭੇਜ ਦਿੱਤੀ ਜਿਹਦੇ ਵਿੱਚ ਲਿਖਿਆ ਸੀ ਮਹਾਰਾਜ ਔਰੰਗਜ਼ੇਬ ਇਹ ਗੱਲ ਕਹਿ ਰਿਹਾ ਹੈ ਵੀ ਆਹ ਚਿੱਠੀ ਉਸੇ ਦੀ ਆਈ ਹੈ ਆਪਨੰਦਪੁਰ ਸਾਹਿਬ ਦਾ ਕਿਲਾ ਛਡੋ ਤੇ ਮਾਰ ਆਇ ਨੂੰ ਭਲੇਖਾ ਲੱਗ ਗਿਆ ਉਹ ਦਸਕਤ ਔਰੰਗਜ਼ੇਬ ਦੇ ਨਹੀਂ ਵਜ਼ੀਰ ਵਜ਼ੀਰ ਖਾਨ ਨੇ ਆਪਣੇ ਕੋਲੋਂ ਕਰ ਦਿੱਤੇ ਮਹਾਰਾਜ ਨੂੰ ਭਲੇਖਾ ਦੇ ਦਿੱਤਾ ਉਹਨਾਂ ਨੇ ਤੇ ਮਹਾਰਾਜ ਭਲੇਖੇ ਦਾ ਸ਼ੁਕਰ ਹੋ ਗਿਆ ਇਸ ਤਰ੍ਹਾਂ ਦੀਆਂ ਵੀ ਕਥਾ ਕਹਾਣੀਆਂ ਸਾਡੇ ਕੁਝ ਲੋਕ ਕਹਿ ਦਿੰਦੇ ਗੁਰੂ ਅੰਤਰਜਾਮੀ ਹੈ ਘਟ ਘਟ ਕੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਐਸਾ ਸਮਰਾਥ ਹੈ ਗੁਰੂ ਨੂੰ ਕਦੇ ਅਲਪਗ ਸਮਝ ਕੇ ਐਸਾ ਬਚਨ ਨਹੀਂ ਕਹਿਣਾ ਚਾਹੀਦਾ ਹੈ ਸਤਗੁਰੂ ਸਭ ਜਾਣੀ ਜਾਣ ਸਭ ਕੁਝ ਜਾਣਦੇ ਕਈ ਸਾਖੀਆਂ ਐਸੀ ਇਤਿਹਾਸ ਵਿੱਚ ਆਉਂਦੀਆਂ ਜਿੱਥੋਂ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਸਾਨੂੰ ਸਭ ਪਤਾ ਹੈ ਵੀ ਕਿੱਥੇ ਕੀ ਹੁੰਦਾ ਹੈ ਪਰ ਸਤਗੁਰੂ ਕੁਝ ਕਾਰਜੋ ਕਰਦੇ ਨੇ ਕਰਤੇ ਦੀ ਰਜਾ ਵਿੱਚ ਰਹਿ ਕੇ ਜਿਵੇਂ ਹੁਕਮ ਹੈ ਉਸੇ ਮੁਤਾਬਕ ਹੀ ਵਿਚਰਦੇ ਪੈ ਪਰ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਐਸਾ ਬਚਨ ਨਹੀਂ ਕਦੇ ਕਰਨਾ ਚਾਹੀਦਾ ਵੀ ਮਹਾਰਾਜ ਨੂੰ ਪਤਾ ਹੀ ਨਹੀਂ ਸੀ ਤੇ ਫਿਰ ਇਸ ਤਰ੍ਹਾਂ ਹੋਇਆ ਹੈ ਕਹਿਣ ਲੱਗੇ ਭਾਈ ਇਹ ਗੁਰੂ ਦੀ ਪੌੜੀ ਜਿਹੜੀ ਸਿੱਖਿਆ ਹੈ ਨਾ ਇਹਨੂੰ ਕੋਈ ਵਿਰਲਾ ਗੁਰਮਖ ਸਮਝਦਾ ਹੈ ਜੁਗੇ ਜੁਗੰਤਰ ਮੁਕਤ ਪ੍ਰਾਇਣ ਜੁਗਾ ਜੁਗਾ ਤੋਂ ਉਹ ਜਿਹੜਾ ਪਰਮਾਤਮਾ ਹੈ ਸਾਰਿਆਂ ਨੂੰ ਮੁਕਤੀ ਬਖਸ਼ਿਸ਼ ਕਰ ਰਿਹਾ ਹੈ ਜੋ ਮੁਕਤ ਸਰੂਪ ਪਰਮਾਤਮਾ ਹੈ ਨਾ ਮੁਕਤ ਪ੍ਰਾਇਣ ਮੁਕਤੀ ਸਰੂਪ ਪਰਮਾਤਮਾ ਜੁਗਾ ਜੁਗਾ ਤੋਂ ਜੀਵਾਂ ਨੂੰ ਆਸਰਾ ਦੇ ਕੇ ਦਿੰਦਾ ਪਿਆ ਦਿੰਦਾ ਦੇ ਲੈਂਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਬਾਣੀ ਦਾ ਬਚਨ ਤੇ ਆਪਾਂ ਪੜ੍ਹਦੇ ਆਂ ਜੁਗਾ ਤੋਂ ਜੁਗੰਤਰਾ ਤੋਂ ਕਈ ਜੁਗਾ ਤੋਂ ਪ੍ਰਮਾਤਮਾ ਜਿਹੜਾ ਆਪ ਮੁਕਤ ਰੂਪ ਹੈ ਸਾਰਿਆਂ ਨੂੰ ਭੋਜਨ ਪ੍ਰਸ਼ਾਦਾ ਦੇ ਕੇ ਖਾਣ ਪੀਣ ਦਾ ਵਸਤੂਆਂ ਦੇ ਕੇ ਸਾਰਿਆਂ ਨੂੰ ਉਸਨੇ ਆਪਣਾ ਪ੍ਰਾਇਨ ਕਹੀਏ ਆਸਰਾ ਦਿੱਤਾ ਹੈ ਸੋ ਮੁਕਤ ਭਇਆ ਪਤ ਪਾਇੰਦਾ ਜਿਹੜੇ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਨਾਮ ਜਪਦੇ ਪੈ ਉਹ ਮੁਕਤ ਹੋ ਕੇ ਤੇ ਫਿਰ ਪਤ ਪਾਇੰਦਾ ਆਬਰੂ ਕਹੀਏ ਇੱਜ਼ਤ ਪ੍ਰਾਪਤ ਕਰਦੇ ਐਸੀ ਉਹਨਾਂ ਗੁਰਮੁਖਾਂ ਨੂੰ ਦਾਤ ਪ੍ਰਾਪਤ ਹੁੰਦੀ ਫਿਰ ਫਰਮਾਉਂਦੇ ਹਨ ਸੋ ਮੁਕਤ ਭਇਆ ਪਤ ਪਾਇੰਦਾ ਜੁਗਾ ਜੁਗੰਤਰ ਮੁਕਤ ਪ੍ਰਾਇਨ ਜੋ ਜੁਗਾ ਜੁਗਾ ਦੇ ਅੰਦਰ ਮੁਕਤੀ ਦਾ ਪ੍ਰਾਇਨ ਆਸਰਾ ਹੈ ਜੁਗਾ ਜੁਗਾ ਤੋਂ ਮੁਕਤੀ ਦੇਂਦਾ ਆ ਰਿਹਾ ਪ੍ਰਮਾਤਮਾ ਕਿਉਂਕਿ ਆਸਰਾ ਹੈ ਸਾਰਿਆਂ ਦਾ ਸਾਰਿਆਂ ਨੂੰ ਮੁਕਤੀ ਦੇਣ ਵਾਲਾ ਹੈ ਸੋ ਮੁਕਤ ਭਇਆ ਪਤ ਪਾਇੰਦਾ ਅਤੇ ਫਿਰ ਜਿਨ੍ਹਾਂ ਨੇ ਪਤ ਕਹੀਏ ਪਤੀ ਨੂੰ ਪ੍ਰਾਪਤ ਕਰ ਲਿਆ ਪਤੀ ਕੌਣ ਹੈ ਪ੍ਰਮਾਤਮਾ ਜਿਨ੍ਹਾਂ ਨੇ ਪਤੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਓ ਗੁਰਮੁਖ ਮੁਕਤ ਹੋ ਜਾਂਦੇ ਹਨ ਪੰਜ ਤਤ ਸੁਨੋ ਪ੍ਰਗਾਸਾ ਇਹ ਜਿਹੜਾ ਬ੍ਰਹਮ ਹੈ ਨਾ ਅਫੁਰ ਸਰੂਪ ਉਹਦੇ ਤੋਂ ਪੰਜ ਤਤ ਪੈਦਾ ਹੋਏ ਨੇ ਅੱਗ ਹੈ ਪਾਣੀ ਹੈ ਹਵਾ ਹੈ ਧਰਤੀ ਤੇ ਆਕਾਸ਼ ਇਹ ਪੰਜ ਤਤ ਉਸੇ ਤੋਂ ਪੈਦਾ ਹੋਏ ਹਨ ਦੇਹ ਸੰਜੋਗੀ ਕਰਮ ਅਭਿਆਸਾ ਪਾਤਸ਼ਾਹ ਕਹਿਣ ਲੱਗੇ ਨਾ ਪੰਜਾਂ ਤਤਾਂ ਦੇ ਸੰਯੋਗ ਤੋਂ ਫਿਰ ਇਹ ਸਥੂਲ ਦੇਹ ਬਣੀ ਹੈ ਸਰੀਰ ਵੀ ਸਾਡਾ ਪੰਜਾਂ ਤਤਾਂ ਤੋਂ ਬਣਿਆ ਹੈ ਤੇ ਮਹਾਰਾਜ ਕਹਿਣ ਲੱਗੇ ਕਰਮ ਅਭਿਆਸਾ ਫਿਰੇ ਜਿਹੜਾ ਸੰਜੋਗੀ ਜੀਵ ਕਰਮਾਂ ਦਾ ਅਭਿਆਸ ਕਰਦਾ ਕੋਈ ਪਾਪ ਕੋਈ ਪੁੰਨ ਕਰਦਾ ਹੈ ਬੁਰਾ ਭਲਾ ਦੋਏ ਮਸਤਕ ਲਿਖੇ ਇਹ ਬੁਰਾ ਤੇ ਭਲਾ ਇਹ ਦੋਵੇਂ ਬੰਦੇ ਦੇ ਮੱਥੇ ਤੇ ਲਿਖੇ ਨੇ ਵੀ ਆਹ ਕੰਮ ਇਹਨੇ ਚੰਗਾ ਕਰਨਾ ਹੈ ਆ ਇਹਨੇ ਮਾੜਾ ਕਰਨਾ ਹੈ ਇਹ ਸਾਰਾ ਮਸਤਕ ਮੱਥੇ ਤੇ ਲੇਖ ਲਿਖਿਆ ਗੁਰਮੁਖੋ ਸਾਖੀ ਹੈ ਨਾ ਜਿਸ ਵੇਲੇ ਪੈਂਦੇ ਖਾਨ ਦੇ ਘਰ ਵਿੱਚ ਲੜਕੀ ਨੇ ਜਨਮ ਲਿਆ ਨਾ ਤੇ ਸਿਖਾ ਨੇ ਆ ਕੇ ਦੱਸਿਆ ਮਹਾਰਾਜ ਤੁਹਾਡਾ ਸਭ ਤੋਂ ਵੱਡਾ ਸਪੇਸ ਲਾਰ ਜਰਨੈਲ ਫੌਜਦਾ ਉਹਦੇ ਘਰ ਵਿੱਚ ਧੀ ਨੇ ਜਨਮ ਲੈ ਲਿਆ ਹੈ ਮਹਾਰਾਜ ਬਚਨ ਸੁਣ ਕੇ ਮੁਸਕਰਾ ਪਏ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਿਖਾ ਨੇ ਪੁੱਛਿਆ ਮਹਾਰਾਜ ਕੀ ਕਾਰਨ ਹੈ ਆਪ ਜੀ ਨੂੰ ਖਬਰ ਦਿੱਤੀ ਹੈ ਤੇ ਆਪ ਮੁਸਕਰਾਏ ਹੋ ਪਾਸ਼ਾ ਕਹਿਣ ਲੱਗੇ ਗੁਰੂ ਕਿਉ ਸਿੱਖੋ ਬਚਨੇ ਹੈ ਵੀ ਇਹ ਜਿਹੜੀ ਲੜਕੀ ਪੈਂਦੇ ਖਾਂ ਦੇ ਘਰ ਵਿੱਚ ਜਨਮ ਲੈ ਕੇ ਆਈ ਹੈ ਇਸੇ ਕਾਰਨ ਕਰਕੇ ਹੀ ਪੰਦੇ ਖਾਂ ਦਾ ਕਾਲ ਹੋਣਾ ਮੌਤ ਇਸੇ ਕਰਕੇ ਹੀ ਹੋਣੀ ਹੈ ਇਹ ਲੜਕੀ ਨਹੀਂ ਮੌਤ ਆ ਗਈ ਹੈ ਕਾਲ ਬਣ ਕੇ ਇਹਦੇ ਘਰ ਵਿੱਚ ਪੈਦਾ ਹੋਈ ਹੈ ਉਹੀ ਗੱਲ ਹੋਈ ਗੁਰਬਖੋ ਧੀ ਜਵਾਨ ਹੋਈ ਵਿਆਹੀ ਘਰੇ ਜਵਾਈ ਲਿਆ ਕੇ ਬਿਠਾ ਲਿਆ ਤੇ ਜਵਾਈ ਨੇ ਉਸ ਵੇਲੇ ਕਈ ਮਾੜੇ ਕੰਮ ਕੀਤੇ ਤੇ ਪੰਦੇ ਖਾਂ ਭੜਕ ਗਿਆ ਫੌਜ ਲੈ ਕੇ ਆਇਆ ਜੰਗ ਕੀਤਾ ਤੇ ਜੰਗ ਵਿੱਚ ਮਾਰਿਆ ਗਿਆ ਹੁਣ ਇਹ ਸਾਖੀ ਤੋਂ ਵੀ ਇਹ ਸਿੱਖਿਆ ਮਿਲਦੀ ਸਤਿਗੁਰੂ ਆਉਣ ਵਾਲਾ ਸਮਾਂ ਸਭ ਜਾਣਦੇ ਨੇ ਫੇਰੋ ਲੋਕ ਇਹ ਗੱਲ ਕਿਵੇਂ ਕਹਿ ਸਕਦੇ ਵੀ ਮਹਾਰਾਜ ਇਹ ਕਰਨਾ ਚਾਹੁੰਦੇ ਤੇ ਇੱਧਰ ਨੂੰ ਜਾਣਾ ਚਾਹੁੰਦੇ ਤੇ ਉਹ ਹੋ ਹੀ ਨਹੀਂ ਸਕਿਆ ਮਨੁਸ਼ੀਵੇਂ ਪਾਸ਼ਾ ਦੇ ਦਸਵੇਂ ਪਾਸ਼ਾ ਦੇ ਰੂਪ ਦਾ ਫਰਕ ਥੋੜੀ ਹੈ ਜੋਤ ਉਹ ਹਾ ਜੁਗਤ ਸਾਇ ਉਹੀ ਰੇ ਮਹਾਰਾਜ ਸਾਹਿਬ ਜੀ ਇਸ ਕਰਕੇ ਸ਼ੰਕਾ ਭਲੇਖਾ ਨਹੀਂ ਰੱਖਣਾ ਚਾਹੀਦਾ ਗੁਰੂ ਸਰਬਗਤਿ ਸਮਰਥ ਹੈ ਮਹਾਰਾਜ ਕਹਿਣ ਲੱਗੇ ਭਾਈ ਇਹ ਬੁਰਾ ਭਲਾ ਦੋਏ ਮਸਤਕ ਲਿਖੇ ਇਹ ਮਾੜਾ ਤੇ ਚੰਗਾ ਲੇਖ ਬਥੇ ਬੰਦੇ ਦੇ ਮੱਥੇ ਤੇ ਲਿਖਿਆ ਹੁੰਦਾ ਹੈ ਉਦੇ ਮੁਤਾਬਕ ਹੀ ਫਿਰ ਜੀਵ ਕਰਮ ਕਰਦਾ ਹੈ। ਪਾਪ ਪੁੰਨ ਬਿਜਾਏਦਾ ਤੇ ਫਿਰ ਇਹ ਜੀਵ ਜਿਹੜਾ ਪਾਪ ਦਾ ਬੀਜ ਬੀਜਦਾ ਹੈ ਕੋਈ ਪੁੰਨ ਦਾ ਬੀਜ ਬੀਜਦਾ ਹੈ ਜਿਹੜਾ ਪਾਪ ਦਾ ਬੀਜ ਬੀਜੇਗਾ ਉਹ ਦੁੱਖ ਪਾ ਲਵੇਗਾ ਜਿਹੜਾ ਪੁੰਨ ਦਾ ਬੀਜ ਬੀਜੇਗਾ ਉਹ ਸੁਖ ਪਾ ਲਵੇਗਾ ਪੁੰਨ ਸੁਖ ਦਿੰਦਾ ਹੈ ਤੇ ਪਾਪ ਦੁੱਖ ਦਿੰਦਾ ਹੈ। ਪਰ ਜਦੋਂ ਬੰਦੇ ਨੂੰ ਦੁੱਖ ਮਿਲਦਾ ਫਿਰ ਬੰਦਾ ਰੋਂਦਾ ਢਾਈ ਮਾਰ ਮਾਰ ਕੇ ਹਾਏ ਮੇਰਾ ਬੜਾ ਵੱਡਾ ਭਾਰੀ ਨੁਕਸਾਨ ਹੋ ਗਿਆ ਦੁੱਖ ਮਿਲਿਆ ਜਦੋਂ ਸੁੱਖ ਮਿਲਦਾ ਫਿਰ ਰੱਬ ਨੂੰ ਭੁੱਲ ਜਾਂਦਾ ਪਰ ਇਹ ਆਪਣੇ ਕੀਤੇ ਹੀ ਕਰਮ ਨੇ ਦੱਦਾ ਦੂਸ ਨਾ ਦੇਉ ਕਿਸੈ ਦੂਸ ਕਰਮਾਂ ਆਪਣੇ ਆਪਣੇ ਕਰਮਾਂ ਦਾ ਹੀ ਦੋਸ ਹੈ ਕਿਸੇ ਨੂੰ ਦੁੱਖ ਤੇ ਕਿਸੇ ਨੂੰ ਸੁੱਖ ਮਿਲਿਆ ਹੈ ਊਤਮ ਸਤਗੁਰ ਪੁਰਖ ਨਿਰਾਲੇ ਸਤਗੁਰੂ ਐਸੇ ਨੇ ਜਿਹੜੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਾਲੇ ਰਹਿੰਦੇ ਨੇ ਜਿਵੇਂ ਆਪਾਂ ਦੁਨੀਆਂ ਦੇ ਵਿੱਚ ਆ ਨਾ ਸਾਡੇ ਤੇ ਕੋਈ ਕਸ਼ਟ ਆਵੇਗਾ ਸਾਡੇ ਪਰਿਵਾਰ ਤੇ ਆਵੇਗਾ ਸਾਡੇ ਪਰਿਵਾਰ ਦਾ ਜੀ ਕੋ ਢਿੱਲਾ ਮਠਾ ਹੋ ਜਾਵੇ ਜਾਂ ਕੋਈ ਕਸ਼ਟ ਆ ਜਾਵੇ ਸਾਨੂੰ ਗੁਰਦੁਆਰਾ ਵੀ ਭੁੱਲ ਜਾਣਾ ਨਿਤਨੇਮ ਵੀ ਭੁੱਲ ਜਾਣਾ ਅਮਰਤ ਵੇਲਾ ਵੀ ਭੁੱਲ ਜਾਣਾ ਇੱਥੋਂ ਤੱਕ ਕਿ ਪ੍ਰਸ਼ਾਦਾ ਪਾਣੀ ਸ਼ਕਨਾ ਵੀ ਛੱਡ ਦੇਈਦਾ ਵੀ ਮੈਂ ਨਹੀਂ ਖਾਣਾ ਮੇਰਾ ਮਨ ਨਹੀਂ ਕਰਦਾ ਕਿਉਂਕਿ ਦੁੱਖ ਐਸਾ ਆ ਗਿਆ ਸਤਿਗੁਰੂ ਐਸੇ ਨੇ ਕਿ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਨੇ ਗੁਰਤਾ ਗੱਦੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਦੇ ਦੋ ਪੁੱਤਰ ਨੇ ਹੋਣ ਹਾਰ ਬੜੀਆਂ-ਬੜੀਆਂ ਬਰਕਤਾਂ ਵਾਲੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਪਰ ਮਹਾਰਾਜ ਨਰਾਲੇ ਦੇ ਨਾ ਸੰਸਾਰ ਨਾਲੋਂ ਪੁੱਤਰਾਂ ਦੇ ਮੋਹ ਵਿੱਚ ਪੈ ਕੇ ਨਹੀਂ ਗੁਰਿਆਈ ਦਿੱਤੀ ਹੈ ਗੁਰਿਆਈ ਉਹਨੂੰ ਦਿੱਤੀ ਜਿਹੜਾ ਸੇਵਾ ਦੇ ਯੋਗ ਹੈ ਯੋਗ ਜਾਣ ਕੇ ਸੇਵਾ ਬਖਸ਼ ਦੇ ਪੈ ਤੇ ਦਸਵੇਂ ਪਾਤਸ਼ਾਹ ਮਹਾਰਾਜ ਖਾਲਸਾ ਪੰਥ ਦੀ ਸਜਣਾ ਕਰਦੇ ਪੈ ਹੁਣ ਮਹਾਰਾਜ ਨੂੰ ਤੇ ਪਤਾ ਹੈ ਵੀ ਅਸੀਂ ਸੀਸ ਵੀ ਲੈਣਾ ਹੈ ਸੀਸ ਵੜਨਾ ਵੀ ਹੈ ਫਿਰ ਸੀਸ ਦੁਬਾਰਾ ਜੋੜਨਾ ਵੀ ਹੈ ਕਿ ਮਾਣ ਵੀ ਦੇਣਾ ਹੈ ਮਹਾਰਾਜ ਆਪਣੇ ਚਾਰੇ ਪੁੱਤਰਾਂ ਨੂੰ ਅੱਗੇ ਕਰਦੇ ਵੀ ਆਓ ਚਾਰੇ ਸਹਬਜਾਦ ਉਹ ਤੁਸੀਂ ਆ ਕੇ ਸੀਸ ਦਿਓ ਤੇ ਫਿਰ ਅਸੀਂ ਤੁਹਾਨੂੰ ਜਿਉਂਦੇ ਵੀ ਕਰ ਦੇਾਂਗੇ ਤੁਹਾਡਾ ਮਾਣ ਸਨਮਾਨ ਹੋਰ ਬਣ ਜਾਏਗਾ ਨਹੀਂ ਮਹਾਰਾਜ ਦੁਨੀਆ ਵਰਗੇ ਨਹੀਂ ਮੋਹ ਤੋਂ ਪਰੇ ਵਡਿਆਈ ਤੋਂ ਪਰੇ ਨਿਰਲੇਪ ਨੇ ਸਾਰੀ ਸੰਗਤ ਵਿੱਚ ਬੋਲ ਕੇ ਆਖਿਆ ਭਾਈ ਜਿਹਨੂੰ ਮਾਣ ਚਾਹੀਦਾ ਵਡਿਆਈ ਚਾਹੀਦਾ ਆਓ ਆ ਕੇ ਸੀਸ ਭੇਟ ਕਰੋ ਹੁਣ ਉੱਥੇ ਪਰਿਵਾਰ ਦੇ ਮੈਂਬਰ ਵੀ ਤੇ ਬੈਠੇ ਹੋਣਗੇ ਨਾ ਰਿਸ਼ਤੇਦਾਰ ਵੀ ਤੇ ਬੈਠੇ ਹੋਣਗੇ ਨਾ ਗੁਰੂ ਨਾਨਕ ਸਾਹਿਬ ਦੀ ਕੋਲ ਖਾਨਦਾਨ ਵਿੱਚੋਂ ਬੈਠੇ ਹੋਣਗੇ ਗੁਰੂ ਰਾਮਦਾਸ ਬਾਦਸ਼ਾਹ ਦੇ ਖਾਨਦਾਨ ਵਿੱਚੋਂ ਕਈ ਬੈਠੇ ਹੋਣਗੇ ਤੇ ਸੰਗਤ ਵਿੱਚੋਂ ਆਮ ਲੋਕ ਵੀ ਬੈਠੇ ਨੇ ਸਾਰਿਆਂ ਨੂੰ ਆਖਿਆ ਭਾਈ ਹੈ ਕੋਈ ਐਸਾ ਗੁਰਮੁਖ ਜਿਹੜਾ ਸੀਸ ਭੇਟ ਕਰ ਤੇ ਫਿਰ ਪੰਜ ਪਿਆਰੇ ਸਹਿਬਾਨਾਂ ਨੇ ਸੇਵਾ ਕਰਕੇ ਮਾਨ ਪ੍ਰਾਪਤ ਕੀਤਾ ਮਹਾਰਾਜ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਦੁਨੀਆਂ ਦੇ ਮੋਹ ਤੋਂ ਨਿਰਲੇਪ ਨੇ ਇਹ ਨਹੀਂ ਵੀ ਮੇਰੇ ਅੱਗੇ ਆ ਜਾਰ ਮੇਰਿਆਂ ਨੂੰ ਹੀ ਸਭ ਕੁਝ ਮਿਲੇ ਤੇ ਦੁਨੀਆਂ ਨੂੰ ਨਹੀਂ ਇੱਥੇ ਤੇ ਜਿਹੜਾ ਸੇਵਾ ਕਮਾਉਂਦਾ ਹੈ ਜਾਂ ਕਹਿ ਲਈਏ ਜਿਹੜਾ ਬਚਨ ਕਮਾਉਂਦਾ ਹੈ ਉਹਨੂੰ ਮਾਨ ਸਤਿਗੁਰੂ ਬਖਸ਼ਿਸ਼ ਕਰ ਦੇ। ਐਸੀਆਂ ਵਡਿਆਈਆਂ ਦਿੰਦੇ ਸਤਿਗੁਰੂ ਉਤਮਪੁਰਖ ਨੇ ਭਾਈ ਨਰਾਲੇ ਨੇ ਸੰਸਾਰ ਦੀ ਮੋਹ ਮਮਤਾ ਵਿੱਚ ਨਹੀਂ ਪੈਂਦੇ ਹਨ ਸ਼ਬਦ ਰਤੇ ਹਰ ਰਸਮਤ ਵਾਲੇ ਜਿਹੜੇ ਸ਼ਬਦ ਬ੍ਰਾਹਮਣ ਦੇ ਵਿੱਚ ਰੰਗੇ ਗਿਆ ਗੁਰਮਖ ਮਤ ਵਾਲੇ ਕਹੀਏ ਮਸਤ ਹੋ ਗਏ ਉਹਦੇ ਵਿੱਚ ਹੀ ਜਿਨ੍ਹਾਂ ਨੇ ਬ੍ਰਾਹਮਣ ਦੇ ਵਿੱਚ ਆਪਣੀ ਬਿਰਤੀ ਜੋੜ ਲਈ ਹੈ ਰਿੱਧ ਬੁੱਧ ਸਿੱਧ ਗਿਆਨ ਗੁਰਤੇ ਗੁਰੂ ਤੇ ਪਾਈਐ ਮਹਾਰਾਜ ਕਹਿਣ ਲੱਗੇ ਭਾਈ ਬਜਨੇਆ ਗੁਰਮੁਖੋ ਵੀ ਐਸਾ ਜਿਹੜਾ ਗੁਰੂ ਹੈ ਨਾ ਉਹਦੇ ਕੋਲੋਂ ਰਿੱਧੀਆਂ ਮਿਲ ਜਾਂਦੀਆਂ ਸਿੱਧੀਆਂ ਮਿਲ ਜਾਂਦੀਆਂ ਅੰਨ ਦੀ ਟੋਟ ਨਾ ਆਉਣੀ ਭੰਡਾਰੇ ਭਰੇ ਰਹਿਣ ਇੱਕ ਥਾਂ ਤੋਂ ਦੂਜੀ ਥਾਂ ਤੇ ਝਟ ਸਕਿੰਟਾਂ ਵਿੱਚ ਹੀ ਚਲੇ ਜਾਣਾ ਐਸੀਆਂ ਤਾਕਤਾਂ ਜਿਹੜੀਆਂ ਨੇ ਗੁਰਮਖਾਣੇ ਨਾਮ ਜਪ ਕੇ ਗੁਰੂ ਕੋਲੋਂ ਪ੍ਰਾਪਤ ਕੀਤੀਆਂ ਹਨ ਪੂਰੇ ਭਾਗ ਮਿਲਾਏ ਦਾ ਪਰ ਪੂਰਾ ਗੁਰੂ ਗੁਰਮਖੋ ਪੂਰਿਆਂ ਭਾਗਾ ਨਾਲ ਮਿਲਦਾ ਭਾਗਾ ਤੋਂ ਬਿਨਾਂ ਤੇ ਗੁਰੂ ਦੀ ਪ੍ਰਾਪਤੀ ਨਹੀਂ ਹੈ ਇਸ ਮਨ ਮਾਇਆ ਕੋ ਨੇਹੁ ਕਨੇਰਾ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਸਾਡਾ ਮਨ ਹੈ ਨਾ ਇਹਨੂੰ ਮਾਇਆ ਦਾ ਬਹੁਤ ਜ਼ਿਆਦਾ ਪ੍ਰੇਮ ਉਹ ਲੱਗਾ ਹੋਇਆ ਹੈ ਕੋਈ 부ਝੋ ਗਿਆਨੀ ਕਰੋ ਨਵੇਰਾ ਕੋਈ ਗੁਰਮਖੀ ਹੋਵੇ ਜਿਹੜਾ 부ਝ ਕੇ ਚਕੇ ਗੁਰੂ ਦੇ ਕੋਲੋ ਤੇ ਨਵੇੜਾ ਕਰੇ ਭਾਈ ਇਸ ਮਾਇਆ ਤੋਂ ਪਰੇ ਹੁੰਦਾ ਫੈਸਲਾ ਕਰਨਾ ਕਰੇ ਆਸਾ ਮਨਸਾ ਹਉਮੈ ਸਹਿਸਾ ਗੁਰਮੁਖੋ ਆਸਾ ਮਨ ਦੇ ਵਿੱਚ ਪਦਾਰਥਾਂ ਦੀ ਹੈ ਮਨ ਵਿੱਚ ਆਸਾ ਪਦਾਰਥਾਂ ਦੀ ਅੱਜ ਇਹ ਮਿਲੇ ਕੱਲੋ ਮਿਲੇ ਪਰਸੋਂ ਇਹ ਮਿਲੇ ਇਹ ਆਸਾ ਤੇ ਮਨਸ਼ਾ ਤੋਂ ਭਾਵ ਹੈ ਵਾਸ਼ਨਾ ਬਣੀ ਰਹਿਣੀ ਹਰ ਵੇਲੇ ਕੋਈ ਕਾਮ ਦੀ ਵਾਸ਼ਨਾ ਕ੍ਰੋਧ ਦੀ ਵਾਸ਼ਨਾ ਲੋਭ ਦੀ ਵਾਸ਼ਨਾ ਬਣੀ ਰਹਿਣੀ ਉਮੇ ਹੰਕਾਰ ਤੇ ਸੈਸਾ ਕਹੀਏ ਉਸ ਵੇਲੇ ਗੁਰਮਖੋ ਕਿ ਮਨ ਦੇ ਵਿੱਚ ਹੰਕਾਰ ਤੇ ਸੈਸਾ ਬਣਿਆ ਰਹਿਣਾ ਇਹ ਜਿੰਨੇ ਵੀ ਓਗਣ ਆਪਾਂ ਸਰਵਣ ਕੀਤੇ ਹਨ ਨਰ ਲੋਭੀ ਕੂੜ ਕਮਾਏ ਦਾ ਇਹ ਜਿਹੜੇ ਲੋਭੀ ਪੁਰਸ਼ ਨੇ ਇਹ ਐਸੇ ਝੂਠੇ ਕਮਾਂ ਨੂੰ ਕਰਦੇ ਨੇ ਕੋਈ ਆਸਾ ਵਿੱਚ ਕੋਈ ਵਾਸ਼ਨਾ ਵਿੱਚ ਕੋਈ ਹਮੇ ਵਿੱਚ ਕੋਈ ਸੰਸਿਆ ਵਿੱਚ ਦੁਨੀਆ ਫਸੀ ਹੋਈ ਹੈ ਸਤਗੁਰ ਤੇ ਪਾਏ ਵਿਚਾਰਾ ਪੂਰੇ ਗੁਰੂ ਪ੍ਰਾਪਤ ਹੋਣ ਤਾਂ ਸ਼ੁਭ ਵਿਚਾਰ ਪ੍ਰਾਪਤ ਹੁੰਦਾ ਹੈ ਸੁਨ ਸਮਾਦ ਸੱਚੇ ਘਰਬਾਰਾ ਸੱਚੇ ਘਰ ਵਾਲਾ ਜੋ ਪ੍ਰਮਾਤਮਾ ਹੈ ਉਹ ਸੁਨ ਸਮਾਦ ਅਫੁਰ ਸਰੂਪ ਹੈ ਗੁਰਮੁਖ ਫਿਰ ਉਹਦੇ ਵਿੱਚ ਲਿਵ ਲਾ ਲੈਂਦੇ ਜਾਂ ਉਹ ਪ੍ਰਮਾਤਮਾ ਦਾ ਸੱਚਾ ਘਾਰੇ ਸਤ ਸੰਗਤ ਹੈ ਇਹਦੇ ਵਿੱਚ ਆ ਕੇ ਗੁਰਮੁਖ ਬੈਠ ਕੇ ਨਾਮ ਜਪਦੇ ਹਨ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਾਂ ਦਾ ਜਿਹੜਾ ਸ਼ਬਦ ਹੈ ਨਾ ਭਾਈ ਉਹਦੇ ਨਾਲ ਨਿਰਮਲ ਨਾਦ ਬ੍ਰਹਮ ਦੀ ਧੁਨ ਨੂੰ ਗੁਰਮਖ ਉਚਾਰਦੇ ਨੇ ਉਹਦਾ ਨਾਮ ਜਪਦੇ ਹਨ ਸਚ ਰਾਮੈ ਨਾਮ ਸਮਾਇਦਾ ਉਹ ਸੱਚੇ ਅਕਾਲ ਪੁਰਖ ਦਾ ਨਾਮ ਜਪ ਕੇ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ ਲੀਨ ਹੋ ਜਾਂਦੇ ਐਸੀ ਗੁਰਮਖਾਂ ਦੀ ਅਵਸਥਾ ਹੈ ਗੁਰਮੁਖੋ ਜਿਹੜਾ ਦਿਹਾੜਾ ਪ੍ਰਾਪਤ ਹੋ ਰਿਹਾ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਮਕੌਰ ਸਾਹਿਬ ਦਾ ਜੰਗ ਕਰਕੇ ਜਦੋਂ ਖਾਲਸੇ ਨੇ ਆਖਿਆ ਨਾ ਮਹਾਰਾਜ ਚਲੇ ਜਾਓ ਹੁਕਮ ਮੰਨ ਕੇ ਮਹਾਰਾਜ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਭਾਈ ਧਰਮ ਸਿੰਘ ਦਇਆ ਸਿੰਘ ਤੇ ਮਾਨ ਸਿੰਘ ਨੂੰ ਬਾਹਰ ਨਿਕਲੇ ਤੇ ਗੜੀ ਦੇ ਬਾਹਰ ਬਾਰੇ ਇੱਕ ਛੋਟੀ ਜੀ ਖਾਈ ਲਿਖਿਆ ਗ੍ਰੰਥਕਾਰਾਂ ਨੇ ਵੀ ਇੱਕ ਛੋਟੀ ਜੀ ਖਾਈ ਸੀ ਉਹਨੂੰ ਟੱਪ ਕੇ ਮਹਾਰਾਜ ਨੇ ਆਖਿਆ ਵੀ ਭਾਈ ਉਹ ਤਾਰਾ ਸਾਹਮਣੇ ਸੇਧ ਤੇ ਦਿਸਦਾ ਪਿਆ ਨਾ ਇਨੂੰ ਵੇਖ ਕੇ ਤੁਰੇ ਆਇਓ ਜੇ ਕਰਤਾਰ ਚਾਹੇਗਾ ਅਨੰਦ ਫਿਰ ਆਪਾਂ ਮਿਲ ਪਾਵਾਂਗੇ। ਨਾ ਇਹ ਆਖਿਆ ਵੀ ਆਪਾਂ ਨਹੀਂ ਮਿਲਾਂਗੇ ਨਾ ਆਖਿਆ ਵੀ ਜ਼ਰੂਰ ਮਿਲਾਂ ਕਹਿੰਦੇ ਜੇ ਕਰਤਾਰ ਨੇ ਚਾਇਆ ਤੇ ਆਪਾਂ ਮਿਲ ਪਾਵਾਂਗੇ। ਤੇ ਭਾਈ ਦਇਆ ਸਿੰਘ ਸਾਹਿਬ ਨੂੰ ਹੁਕਮ ਹੋਇਆ ਕਹਿਣ ਲੱਗੇ ਡਰ ਨਹੀਂ ਕਰਨਾ ਤੇ ਫਿਕਰ ਨਹੀਂ ਕਰਨੀ ਐ ਤੁਸੀਂ ਦੁਨੀਆ ਨੂੰ ਫੌਜਾਂ ਨੂੰ ਵੇਖ ਸਕੋਗੇ ਪਰ ਤੁਹਾਨੂੰ ਕੋਈ ਵੇਖ ਨਹੀਂ ਸਕੇਗਾ। ਬੋਲੇ ਸੋਨਿਹਾਲ ਤੇ ਜਿਹੜਾ ਖਾਲਸੇ ਨਾਲ ਵਚਨ ਹੋਇਆ ਸੀ ਵੀ ਅਸੀਂ ਢਾਡੀ ਮਾਰ ਕੇ ਜਾਣਾ ਫਿਰ ਉੱਚੀ ਥਾਂ ਤੇ ਖੜ ਕੇ ਮਹਾਰਾਜ ਨੇ ਢਾਡੀ ਵਜਾਈ ਹੈ ਕਹਿਣ ਲੱਗੇ ਕਿ ਅਸੀਂ ਜਾ ਰਹੇ ਹਾਂ ਤੇ ਪਾਤਸ਼ਾਹ ਜੀ ਨੇ ਉਸ ਵੇਲੇ ਵਚਨ ਆਖਿਆ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਸੋ ਇਹ ਵਚਨ ਇਤਿਹਾਸਕਾਰਾਂ ਨੇ ਲਿਖੇ ਤੇ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਆਖਿਆ ਜਿਹੜੇ ਗੜੀ ਵਿੱਚ ਸਿੰਘ ਸਨ ਉਹਨਾਂ ਨੇ ਵੀ ਉਸ ਵੇਲੇ ਨਗਾਰੇ ਵਜਾਏ ਜਕਾਰੇ ਛੱਡੇ ਕਿਉਂਕਿ ਪੂਰੀ ਮਹਾਰਾਜ ਨੇ ਸਾਰੀ ਜਿਹੜੀ ਆ ਗੱਲ ਦੱਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਾਰਜ ਕਰਨਾ ਜਿਹੜੇ ਨਾਲ ਦੇ ਸਿੰਘ ਸਾਨੂੰ ਉਹਨਾਂ ਨੇ ਵੀ ਉਸ ਵੇਲੇ ਉੱਚੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਕਹਿ ਕੇ ਜਕਾਰੇ ਛੱਡੇ ਮੁਗਲਾਂ ਦੀ ਫੌਜ ਨੂੰ ਇਸ ਤਰ੍ਹਾਂ ਲੱਗਿਆ ਕਿ ਗੁਰੂ ਪਾਤਸ਼ਾਹ ਸਾਡੇ ਵਿੱਚ ਹੀ ਆ ਗਏ ਨੇ ਹਮਲਾ ਸਾਡੇ ਤੇ ਹੋ ਚੁੱਕਿਆ ਡਰ ਗਏ ਇੱਕੇ ਵਾਰੀ ਤਲਵਾਰਾਂ ਕੱਢ ਲਈਆਂ ਬਾਹਰ ਤੇ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ ਰਾਤ ਦੇ ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ ਵੀ ਮੇਰੇ ਸਾਹਮਣੇ ਕੌਣ ਹੈ ਪਿਤਾ ਦੀ ਤਲਵਾਰ ਚੱਲੀ ਹੈ ਪੁੱਤਰ ਮਾਰਿਆ ਗਿਆ ਪੁੱਤਰ ਦੀ ਤਲਵਾਰ ਚੱਲੀ ਤੇ ਪਿਤਾ ਮਾਰਿਆ ਗਿਆ ਚਾਚੇ ਤੋਂ ਭਤੀਜਾ ਭਤੀਜੇ ਤੋਂ ਚਾਚਾ ਮਰਿਆ ਤੇ ਭਰਾ ਤੋਂ ਭਰਾ ਮਰ ਗਿਆ ਐਸਾ ਵਿਲੱਖਣ ਜੰਗ ਉਸ ਵੇਲੇ ਮੁਗਲਾਂ ਦੀ ਫੌਜ ਵਿੱਚ ਇਹ ਰਣਨੀਤੀ ਹੋਇਆ ਕਰਦੀ ਹੈ ਜਰਨੈਲਾਂ ਦੀ ਜੰਗ ਦੇ ਵਿੱਚ ਕਿ ਥੋੜਾ ਜਿਹਾ ਕਾਰਜ ਕਰਕੇ ਦੁਸ਼ਮਣ ਦਾ ਵੱਡਾ ਨੁਕਸਾਨ ਕਰਨਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਡਾ ਜਰਨੈਲ ਹੈ ਨਹੀਂ ਦੁਨੀਆ ਵਿੱਚ ਐਸਾ ਮਹਾਰਾਜ ਸਾਹਿਬ ਜੀਆਂ ਨੇ ਕੋਤਕ ਵਰਤਾਇਆ ਵੀ ਰਾਤੋਂ ਰਾਤ ਲੱਖਾਂ ਦੀ ਗਿਣਤੀ ਵਿੱਚ ਆਪੇ ਹੀ ਘਟ ਵੱਢ ਕੇ ਕਈ ਮਰ ਗਏ। ਜਦੋਂ ਦਿਨ ਚੜ੍ਹਿਆ ਉਦੋਂ ਜਾ ਕੇ ਪਤਾ ਲੱਗਾ ਵੀ ਅਸੀਂ ਤੇ ਆਪਸ ਵਿੱਚ ਹੀ ਇੱਕ ਦੂਜੇ ਨਾਲ ਲੜਦੇ ਰਹੇ। ਐਸਾ ਸ਼ੋਰ ਸ਼ਰਾਬਾ ਹੋਇਆ। ਮਹਾਰਾਜ ਸਾਹਿਬ ਜੀ ਨੰਗੇ ਚੱਲਣੇ ਸਾਦੇ ਵਸਤਰ ਪਾਣ ਕੇ ਗੜੀ ਵਿੱਚੋਂ ਬਾਹਰ ਨਿਕਲ ਕੇ ਤੁਰ ਪਏ। ਚਲਦਿਆਂ ਚਲਦਿਆਂ ਗੁਰਮਖੋ ਰਸਤੇ 'ਤੇ ਥੋੜਾ ਸਰੀਰ ਨੂੰ ਥਕਾਵਟ ਹੋਣ ਕਰਕੇ ਮਹਾਰਾਜ ਇੱਕ ਥਾਂ 'ਤੇ ਲੰਮੇ ਪੈ ਗਏ। ਸੋ ਉਸੇ ਗੁਰੂ ਘਰ ਅੱਜ ਬਣਿਆ ਮਹਾਰਾਜ ਦੀ ਯਾਦ ਵਿੱਚ। ਜਦੋਂ ਲੰਮੇ ਪੈ ਨਾ ਕਹਿਣ ਲੱਗੇ ਇਸ ਇਲਾਕੇ ਵਿੱਚ ਉਹ ਕਿਸੇ ਜ਼ਿਮੀਂਦਾਰ ਦੀ ਮੱਝ ਗਵਾਚ ਗਈ ਤੇ ਉਹ ਆਪਣੀ ਮੱਝ ਲੱਭਦਾ ਲੱਭਦਾ ਆਪਣੇ ਨੌਕਰ ਦੇ ਨਾਲ ਤੁਰਿਆ ਆਉਂਦਾ ਤੇ ਤੁਰਦਿਆਂ ਤੁਰਦਿਆਂ ਉਸ ਨੇ ਕੀ ਵੇਖਿਆ ਵੀ ਸਾਹਮਣੇ ਗੁਰੂ ਪਾਤਸ਼ਾਹ ਲੰਮੇ ਪੈ ਤੇ ਉਸ ਨੇ ਆਖਿਆ ਬੋਲ ਕੇ ਕਹਿਣ ਲੱਗਾ ਵੀ ਇਹ ਤੇ ਗੁਰੂ ਹੋ ਨਹੀਂ ਜਿਹੜਾ ਅਨੰਦਪੁਰ ਸਾਹਿਬ ਛੱਡ ਕੇ ਆਇਆ ਨੌਕਰ ਨੇ ਪਿੱਛੋਂ ਆਵਾਜ਼ ਦਿੱਤੀ ਕਹਿਣ ਲੱਗਾ ਲੈ ਉਹ ਗੁਰੂ ਇੱਥੇ ਕਿੱਥੇ ਆ ਸਕਦਾ ਉਹ ਤੇ ਚਮਕੌਰ ਦੀ ਗੜੀ ਵਿੱਚ ਮੁਗਲਾਂ ਦੀ ਫੌਜ ਨੇ ਘੇਰਿਆ ਹੋਇਆ ਉਹ ਇਥੇ ਨਹੀਂ ਆ ਸਕਦਾ ਤੈਨੂੰ ਭੁਲੇਖਾ ਲੱਗਾ ਜੇ ਮੱਝ ਮਿਲ ਗਈ ਹੈ ਤੇ ਠੀਕ ਹੈ ਨਹੀਂ ਤੇ ਮੈਂ ਅੱਗੇ ਆਵਾਂ ਉਹਨੂੰ ਇਸ ਤਰ੍ਹਾਂ ਲੱਗਾ ਵੀ ਸ਼ਾਇਦ ਇਹਨੂੰ ਮੱਝ ਮਿਲ ਗਈ ਹੈ ਤਾਂ ਗੱਲਾਂ ਕਰਦਾ ਮਾਲਕ ਨੇ ਫਿਰ ਬੋਲ ਕੇ ਆਖਿਆ ਕਹਿਣ ਲੱਗਾ ਨਹੀਂ ਮੱਝ ਤੇ ਨਹੀਂ ਮਿਲੀ ਹੈ ਪਰ ਇਹ ਵਾਕਿਆ ਹੀ ਉਹ ਗੁਰੂ ਹੈ ਮੈਂ ਇਸ ਨੂੰ ਪਛਾਣ ਲਿਆ ਉਸ ਵੇਲੇ ਪਾਤਸ਼ਾਹ ਜੀ ਨੇ ਜਦੋਂ ਪਛਾਣ ਲਿਆ ਮਹਾਰਾਜ ਉਸ ਵੇਲੇ ਲੰਮੇ ਪੈ ਨਿੰਦਰਾ ਮਹਾਰਾਜ ਲੈਂਦੇ ਪੈ ਨੀਂਦ ਵਿੱਚ ਸਨ ਉੱਠ ਪੈ ਬਚਨ ਸੁਣ ਕੇ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਦੋਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕੀਮਤੀ ਖੰਜਰ ਮਹਾਰਾਜ ਸਾਹਿਬ ਜੀ ਦੇ ਹੀਰੇ ਲੱਗੇ ਹੋਏ ਕੀਮਤੀ ਖੰਜਰ ਮਹਾਰਾਜ ਨੇ ਦੇ ਕੇ ਆਖਿਆ ਵੀ ਇਹ ਆਪਣੇ ਕੋਲ ਰੱਖ ਲਓ ਅਤੇ ਇਸ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਦਾ ਤੁਸੀਂ ਰੋਲਾ ਨਾ ਪਾਓ ਸਾਨੂੰ ਆਰਾਮ ਕਰ ਲੈਣਾ ਪਰ ਜਦੋਂ ਲੈ ਕੇ ਥੋੜਾ ਜਿਹਾ ਪਰਾ ਹੋਏ ਨਾ ਤੂੰ ਨੌਕਰ ਦੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਵੀ ਇਹ ਮੈਂ ਹੋਰ ਰੋਲਾ ਪਾਵਾਂਗਾ ਤੇ ਪਤਾ ਨਹੀਂ ਕਿੰਨਾ ਕੁ ਧਨ ਮਿਲੇਗਾ ਜਦੋਂ ਉੱਚੀ ਉੱਚੀ ਬੋਲਿਆ ਮਹਾਰਾਜ ਨੇ ਫਿਰ ਆਵਾਜ਼ ਮਾਰੀ ਕਹਿਣ ਲੱਗੇ ਓ ਰਿਆ ਤੈਨੂੰ ਹੋਰ ਵੀ ਕੁਝ ਦਈਏ ਜਦੋਂ ਨੇੜੇ ਆਇਆ ਕਹਿਣ ਲੱਗੇ ਕੀਮਤੀ ਖੰਜਰ ਤੇ ਇੱਥੇ ਰੱਖ ਦੇ ਰੱਖ ਦਿੱਤਾ ਮਹਾਰਾਜ ਨੇ ਉਸ ਵੇਲੇ ਬਚਨ ਆਉਂਦਾ ਇਤਿਹਾਸ ਦੇ ਵਿੱਚ ਵੀ ਉਹਦੇ ਮੂੰਹ ਤੇ ਇੰਨੀ ਕੱਸ ਕੇ ਚਪੇੜ ਮਾਰੀ ਵੀ ਉਹਨੂੰ ਦੰਦਣ ਲਈ ਪੈ ਗਈ ਡਿੱਗੀ ਪਿਆ ਉਸ ਵੇ ਬੇਸੁਰਤ ਹੋ ਗਿਆ ਸਮਝ ਸੋਦ ਰਹਿ ਹੀ ਕੋਈ ਨਾ ਗਈ ਉਸ ਵੇਲੇ ਮਾਲਕ ਨੂੰ ਮਹਾਰਾਜ ਨੇ ਆਖਿਆ ਵੀ ਵਜਨੇ ਆ ਵੀ ਅਸੀਂ ਤੁਹਾਡੇ ਨਾਲ ਪਿਆਰ ਦੇ ਨਾਲ ਗੱਲ ਕਰਦੇ ਤੁਸੀਂ ਸਾਡੇ ਨਾਲ ਚਲਾਕੀ ਕਰਦੇ ਪਏ ਅਸੀਂ ਤੁਹਾਨੂੰ ਸਜ਼ਾ ਵੀ ਦੇ ਸਕਦੇ ਹਾਂ ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਕਿਹਾ ਚਰਨ ਫੜ ਕੇ ਮਾਫੀ ਮੰਗੀ ਮਹਾਰਾਜ ਨਹੀਂ ਇਸ ਤਰ੍ਹਾਂ ਨਹੀਂ ਕਰਾਂਗੇ ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਜੀ ਕੁਝ ਸਮਾਂ ਇੱਥੇ ਬੈਠੇ ਇੱਥੋਂ ਚੱਲ ਕੇ ਫਿਰ ਚਲਦਿਆਂ ਚਲਦਿਆਂ ਗੁਲਾਬੇ ਪੰਜਾਬੇ ਜਿਹੜੇ ਮਹਾਰਾਜ ਦੇ ਮਸੰਦ ਸਨ ਉਹਨਾਂ ਦੇ ਖੂਹ ਦੇ ਉੱਪਰ ਮਹਾਰਾਜ ਆ ਕੇ ਖੂਹ ਦੀ ਟਿੰਡ ਖੋਲ ਕੇ ਨਾ ਪਾਣੀ ਪੀਤਾ ਪਾਤਸ਼ਾਹ ਨੇ ਆਪ ਪਾਣੀ ਪੀ ਕੇ ਖੂਹ ਤੋਂ ਟੈਂਡ ਖੋਲ ਕੇ ਸਹਰਾਣੇ ਰੱਖ ਕੇ ਮਹਾਰਾਜ ਲੰਮੇ ਪੈ ਗਏ ਇਸ ਵੇਲੇ ਪਾਤਸ਼ਾਹ ਜੀਆਂ ਦੇ ਕੋਲ ਸਿਰਫ ਤੇ ਸਿਰਫ ਇੱਕ ਸ੍ਰੀ ਸਾਹਬ ਹੈ ਜਿਹੜੀ ਨੰਗੀ ਕਰਕੇ ਮਹਾਰਾਜ ਨੇ ਆਪਣੇ ਕੋਲ ਰੱਖੀ ਹੋਈ ਉਹਦੇ ਤੋਂ ਬਿਨਾ ਕੋਈ ਵਸਤੂ ਕੋਈ ਘੋੜਾ ਕੋਈ ਪਦਾਰਥ ਕੁਝ ਨਹੀਂ ਕੋਲ ਹੈ ਇਧਰੋਂ ਤਿੰਨ ਸਿੰਘ ਵੀ ਤੁਰੇ ਜਾਂਦੇ ਮਹਾਰਾਜ ਦੀ ਭਾਲ ਕਰਦੇ ਆਂ ਦੂਰ ਦੂਰ ਹੋ ਕੇ ਚੱਲਦੇ ਪੈ ਕੀ ਪਤਾ ਮਹਾਰਾਜ ਜੰਗਲ ਵਿੱਚ ਕਿੱਥੇ ਹੋਣਗੇ ਤਾਰੇ ਦੀ ਸੇਧ ਦੀ ਨਿਸ਼ਾਨੀ ਲੈ ਕੇ ਤੁਰੇ ਜਾਂਦੇ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ ਇੱਕ ਛੋਟਾ ਜਿਹਾ ਕਪੜਾ ਸੀ ਮਹਾਰਾਜ ਦੀਆਂ ਦੇ ਕਮਰ ਕੱਸੇ ਲੱਗਾ ਹੋਇਆ ਅੱਧਾ ਉਹ ਕਪੜਾ ਖੋਲ ਕੇ ਮਹਾਰਾਜ ਨੇ ਆਪਣੇ ਥੱਲੇ ਵਿਛਾਲਿਆ ਤੇ ਕੋਜੋ ਕਪੜਾ ਜਿਹੜਾ ਸੀਗਾ ਉਹ ਮਹਾਰਾਜ ਨੇ ਆਪਣੇ ਮੁਖ ਮੰਡਲ ਦੇ ਉੱਪਰ ਲੈ ਲਿਆ ਤੇ ਸਤਗੁਰੂ ਲੰਮੇ ਪੈ ਗਏ ਨਿੰਦਰਾ ਦੇ ਸਹਿਤ ਹੋ ਗਏ ਐਨੇ ਚਿਰ ਨੂੰ ਸੂਰਜ ਦੀਆਂ ਥੋੜੀਆਂ-ਥੋੜੀਆਂ ਕਿਰਨਾਂ ਧਰਤੀ ਤੇ ਪੈਣ ਲੱਗ ਪਈਆਂ ਤੇ ਇਹ ਤਿੰਨੇ ਸਿੰਘ ਵੀ ਉਸ ਵੇਲੇ ਤੁਰੇ ਜਾਂਦੇ ਮਹਾਰਾਜ ਨੂੰ ਲੱਭਦੇ ਆ ਲੱਭਦੇ ਆ ਜੋਥੇ ਬਚਨ ਆਉਂਦਾ ਵੀ ਸਤਗੁਰਾਂ ਨੇ ਆਪਣੇ ਹੱਥ ਵਿੱਚ ਇੱਕ ਬੜੀ ਕੀਮਤੀ ਅੰਗੂਠੀ ਪਹਿਨੀ ਹੈ, ਮੰਦਰੀ ਪਾਈ ਹੋਈ, ਛਾਪ ਪਾਈ ਮਹਾਰਾਜ ਨੇ। ਉਹਦੇ ਵਿੱਚ ਇੱਕ ਬੜਾ ਕੀਮਤੀ ਨਗੀਨਾ ਲੱਗਿਆ ਹੋਇਆ। ਤੇ ਸਤਗੁਰਾਂ ਨੇ ਸੁੱਤਿਆਂ-ਸੁੱਤਿਆਂ ਹੀ ਆਪਣਾ ਹੱਥ ਨਾ ਮੱਥੇ ਦੇ ਉੱਪਰ ਰੱਖਿਆ। ਕਈ ਵਾਰੀ ਆਪਾਂ ਸੁੱਤੇ ਹੋਏ ਆਪਣਾ ਹੱਥ ਮੱਥੇ ਤੇ ਰੱਖ ਲਈਦਾ ਨਾ। ਲੰਮੇ ਪੈ ਪਾਦਸ਼ਾਹ ਨੇ ਜਦੋਂ ਹੱਥ ਮੱਥੇ ਤੇ ਰੱਖਿਆ ਤੇ ਉਹ ਕਿਰਨਾਂ ਜਿਹੜੀਆਂ ਸਨ ਨਾ ਸੂਰਜ ਦੀਆਂ ਉਸ ਨਗੀਨੇ ਦੇ ਉੱਪਰ ਆ ਕੇ ਪਈਆਂ ਤਾਂ ਨਗੀਨਾ ਚਮਕ ਪਿਆ ਉਸ। ਜਦੋਂ ਨਗੀਨਾ ਚਮਕਿਆ ਤੇ ਉਹ ਸਿੱਖਾਂ ਦੀ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਉਹ ਸਾਹਮਣੇ ਕੋਈ ਚੀਜ਼ ਚਮਕਦੀ ਪਈ ਹੈ ਦੂਰ ਈ ਉਹਨਾਂ ਨੇ ਜਾਣਿਆ ਵੀ ਜਾਂ ਤੇ ਕੋਈ ਕੀਮਤੀ ਹੀਰਾ ਹੈ ਕੋਈ ਰਾਜਾਂਦਾ ਵਿਅਕਤੀ ਕਿਸੇ ਦਾ ਡਿੱਗ ਪਿਆ ਹੈ ਤੇ ਜਾਂ ਫਿਰ ਹੋ ਸਕਦਾ ਵੀ ਇਹ ਗੁਰੂ ਪਾਤਸ਼ਾਹੀ ਹੋਣਗੇ ਚੱਲਦੇ ਆ ਚੱਲਦੇ ਜਦੋਂ ਕੋਲ ਪਹੁੰਚੇ ਕੀ ਵੇਖਦੇ ਪੈ ਪੈਰਾਂ ਵਿੱਚ ਮਹਾਰਾਜ ਦੇ ਛਾਲੇ ਨੇ ਪੈਰ ਸੁਜੇ ਹੋਏ ਨੇ ਲਾਲ ਚਰਨ ਹੋ ਚੁੱਕੇ ਪਾਤਸ਼ਾਹ ਦੇ ਜਿਹੜਾ ਪਜਾਮਾ ਤੇ ਚੋਲਾ ਪਹਿਨਿਆ ਹੋਇਆ ਉਹ ਵੀ ਕੰਡੇ ਵੱਜ-ਵੱਜ ਕੇ ਅਤੇ ਝਾੜੀਆਂ ਦੇ ਨਾਲ ਉਹ ਵੀ ਪਾਟਿਆ ਹੋਇਆ ਹੈ ਤੇ ਮਹਾਰਾਜ ਐਸ ਵੇਲੇ ਇਕੱਲੇ ਸਿੱਖ ਬੜੇ ਹੈਰਾਨ ਨੇ ਦੀਨ ਦੁਨੀਆ ਦੇ ਮਾਲਕ ਸ੍ਰਿਸ਼ਟੀ ਬਣਾਉਣ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਬਰਾਜਣ ਵਾਲੇ ਸਤਿਗੁਰੂ ਅੱਜ ਇਕੱਲੇ ਹੀ ਧਰਤੀ ਦੇ ਉੱਪਰ ਆਰਾਮ ਕਰਦੇ ਆਪ ਬਚਨ ਆਪਾਂ ਪੜਦੇ ਆ ਨਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਝ ਬਿਨ ਰੂਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਯਾਰੜੇ ਦਾ ਸਾਨੂੰ ਸੱਤਰ ਚੰਗਾ ਭੱਠ ਖੇੜਿਆਂ ਦਾ ਰਹਿਣ ਐਸੇ ਸਤਿਗੁਰੂ ਬਰਾਜੇ ਉਸ ਵੇਲੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਖੜ ਗਏ ਮਹਾਰਾਜ ਦੇ ਕੋਲ ਜਾ ਕੇ ਉਸ ਵੇਲੇ ਸਿੰਘਾਂ ਨੇ ਫਿਰ ਆਪਸ ਵਿੱਚ ਸਲਾਹ ਕਰਕੇ ਭਾਈ ਦਇਆ ਸਿੰਘ ਨੇ ਅੱਗੇ ਹੋ ਕੇ ਚਰਣਾ ਤੇ ਮੱਥਾ ਟੇਕ ਕੇ ਮਹਾਰਾਜ ਦੇ ਚਰਣਾ ਤੋਂ ਫੜ ਕੇ ਥੋੜਾ ਜਿਹਾ ਹਿਲਾਇਆ ਸਤਿਗੁਰੂ ਪਾਤਸ਼ਾਹ ਨੇ ਨੇਤਰ ਖੋਲੇ ਕੀ ਵੇਖਦੇ ਪਏ ਸਾਹਮਣੇ ਤਿੰਨ ਸਿੰਘ ਮਹਾਰਾਜ ਦੇ ਆਏ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ ਜਦੋਂ ਚਰਣਾ ਤੋਂ ਫੜ ਕੇ ਹਿਲਾਇਆ ਤੇ ਮਹਾਰਾਜ ਨੂੰ ਉਸੇ ਵੇਲੇ ਤਲਵਾਰ ਦੇ ਮੁਠੇ ਨੂੰ ਹੱਥ ਪਾਇਆ ਸਾਵਧਾਨ ਹੋਏ ਕੇਵਰੀ ਉੱਠ ਕੇ ਬੈਠੇ ਜਦੋਂ ਵੇਖਿਆ ਸਾਹਮਣੇ ਸਾਡੇ ਸਿੱਖ ਨੇ ਮਹਾਰਾਜ ਉਸ ਵੇਲੇ ਖੁਸ਼ ਹੋ ਕੇ ਕਹਿਣ ਲੱਗੇ ਖਾਲਸਾ ਜੀ ਤੁਸੀਂ ਵੀ ਆ ਗਏ ਹੋ ਤੁਹਾਡੀ ਬੜੀ ਕਮਾਈ ਹੈ ਤੁਸੀਂ ਸਾਡੇ ਨਾਲ ਨਾਲ ਤੁਸੀਂ ਵੀ ਬੜੇ ਆਪਣੇ ਸਰੀਰਾਂ ਦੇ ਉੱਪਰ ਕਸ਼ਟ ਝੱਲੇ ਨੇ ਖਾਲਸੇ ਦੀ ਬੜੀ ਵੱਡੀ ਕਮਾਈ ਹੈ ਭਾਈ ਜਿੱਥੇ ਗੁਰੂ ਦੀ ਕੁਰਬਾਨੀ ਹੈ ਨਾ ਖਾਲਸੇ ਦੀ ਵੀ ਬੜੀ ਵੱਡੀ ਕੁਰਬਾਨੀ ਹੈ ਹਰ ਵੇਲੇ ਸੇਵਾ ਵਿੱਚ ਤਾਬਿਆਂ ਵਿੱਚ ਰਹਿਣਾ ਦੁੱਖ ਸੁੱਖ ਦੇ ਵਿੱਚ ਰਜਾ ਵਿੱਚ ਰਹਿਣਾ ਉਸ ਵੇਲੇ ਪਾਤਸ਼ਾਹ ਨੇ ਆਖਿਆ ਸਾਨੂੰ ਜਲ ਸਿਖਾਓ ਭਾਈ ਜਲ ਸਿਖਾਇਆ ਸਿੱਖਾਂ ਨੇ ਆਖਿਆ ਮਹਾਰਾਜ ਜੀ ਆਪਾਂ ਨੂੰ ਇੱਥੇ ਬੈਠਣਾ ਨਹੀਂ ਚਾਹੀਦਾ ਹੈ ਇੱਥੇ ਬੈਠਾਂਗੇ ਦੁਸ਼ਮਣ ਹਮਲਾ ਕਰੇਗਾ ਕਿਵੇਂ ਜੰਗ ਕਰਾਂਗੇ ਮਹਾਰਾਜ ਨੇ ਉਧਰ ਉਧਰ ਵੇਖ ਕੇ ਜਦੋਂ ਵੇਖਿਆ ਨਾ ਕੋਲ ਕੁਝ ਨਹੀਂ ਹੈ ਕਹਿਣ ਲੱਗੇ ਭਾਈਓ ਸਾਹਮਣੇ ਵੱਡੇ ਵੱਡੇ ਜਿਹੜੇ ਰੁੱਖ ਨੇ ਨਾ ਉੱਥੇ ਆਪਾਂ ਚਲੇ ਚੱਲਦੇ ਹਾਂ ਜੇ ਦੁਸ਼ਮਣ ਆ ਵੀ ਗਿਆ ਤੇ ਰੁੱਖ ਦਾ ਆਸਰਾ ਲੈ ਕੇ ਫਿਰ ਆਪਾਂ ਦੁਸ਼ਮਣ ਦੇ ਨਾਲ ਜੰਗ ਕਰਾਂਗੇ ਐਸਾ ਬਚਨ ਮਹਾਰਾਜ ਸਾਹਿਬ ਜੀ ਨੇ ਆਖਿਆ ਇਧਰੋਂ ਗੁਲਾਬੇ ਤੇ ਪੰਜਾਬੇ ਦਾ ਨੌਕਰ ਆ ਗਿਆ ਬਾਹਰ ਖੇਤਾਂ ਵਿੱਚ ਨਿਗਾਹ ਮਾਰਨ ਵਾਸਤੇ ਪਾਣੀ ਵਗੈਰਾ ਕਿਤੇ ਲਾਇਆ ਹੋਵੇਗਾ ਉਸਨੇ ਵੇਖਿਆ ਵੀ ਇਹ ਤੇ ਲੱਗਦਾ ਹੈ ਵੀ ਆਨੰਦਪੁਰ ਸਾਹਿਬ ਵਾਲੇ ਗੁਰੂ ਨੇ ਕਿਉਂਕਿ ਉਹਨੇ ਆਪਣੇ ਮਾਲਕ ਤੋਂ ਕਈ ਗੱਲਾਂ ਸੁਨੀਆਂ ਸਨ ਉਸਨੇ ਫਿਰ ਦੌੜ ਕੇ ਜਾ ਕੇ ਦੱਸਿਆ ਆਪਣੇ ਮਾਲਕ ਨੂੰ ਗੁਲਾਬੇ ਪੰਜਾਬੇ ਮਸੰਦ ਨੂੰ ਵੀ ਤੁਹਾਡੇ ਖੇਤ ਵਿੱਚ ਤੁਹਾਡਾ ਗੁਰੂ ਆ ਕੇ ਬੈਠਾ ਹੈ ਭਾਈ ਗੁਲਾਬਾ ਪੰਜਾਬਾ ਉਸ ਵੇਲੇ ਦੌੜ ਕੇ ਆਏ ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਬੇਨਤੀ ਕਰਦੇ ਪੈ ਪਾਤਸ਼ਾਹ ਚਲੋ ਸਾਡੇ ਘਰ ਵਿੱਚ ਚੱਲ ਕੇ ਚਰਨ ਪਾਓ ਜਦੋਂ ਬੇਨਤੀ ਕਹਿਣ ਤੇ ਮਹਾਰਾਜ ਥੁਰਨ ਲੱਗੇ ਭਾਈ ਸੰਤੋਖ ਸਿੰਘ ਬਚਨ ਲਿਖਦੇ ਵੀ ਪਾਤਸ਼ਾਹ ਦੇ ਪੈਰਾਂ ਵਿੱਚ ਇੰਨੇ ਛਾਲੇ ਸਨ ਵੀ ਪੈਰਾਂ ਦੇ ਉੱਪਰ ਉਹਨਾਂ ਭਾਰ ਨਹੀਂ ਪਾਇਆ ਜਾ ਸਕਦਾ ਪੈਰ ਸੁਝ ਗਏ ਉਸ ਵੇਲੇ ਭਾਈ ਮਾਨ ਸਿੰਘ ਸਰੀਰ ਕਰਕੇ ਤਗੜੇ ਸਨ ਉਹਨਾਂ ਨੇ ਫਿਰ ਉਸ ਵੇਲੇ ਸਤਿਗੁਰਾਂ ਦੀ ਆਗਿਆ ਲੈ ਕੇ ਆਪਣੇ ਮੋਢੇ ਦੇ ਉੱਪਰ ਮਹਾਰਾਜ ਨੂੰ ਬਿਠਾ ਲਿਆ ਕਹਿਣ ਲੱਗੇ ਮਹਾਰਾਜ ਮੈਂ ਚੁੱਕ ਕੇ ਹੀ ਲੈ ਚੱਲਦਾ ਆਪ ਜੀ ਨੂੰ ਆਪ ਜੀ ਤਾਂ ਆਪਣੇ ਚਰਨਾਂ ਨੂੰ ਕਸ਼ਟ ਨਾ ਦਿਓ ਇਸ ਤਰ੍ਹਾਂ ਭਾਈ ਮਾਨ ਸਿੰਘ ਨੇ ਆਪਣੇ ਮੋਢੇ ਦੇ ਉੱਪਰ ਬਿਠਾ ਕੇ ਤੇ ਨਾਲ ਮਹਾਰਾਜ ਦੇ ਸਿੱਖ ਨੇ ਭਾਈ ਗੁਲਾਬੇ ਪੰਜਾਬੇ ਦੇ ਘਰ ਵਿੱਚ ਪਾਤਸ਼ਾਹ ਪਹੁੰਚੇ ਉਹਨਾਂ ਨੇ ਫਿਰ ਗਰਮ ਪਾਣੀ ਕਰਕੇ ਚਰਨਾਂ ਦੇ ਉੱਪਰ ਟਕੋਰ ਕਰਦੇ ਪਏ ਜੋ ਵੀ ਦਵਾਈ ਬੂਟੀ ਸੀ ਉਸ ਸਮੇਂ ਦੇ ਮੁਤਾਬਕ ਐਸੀ ਸੇਵਾ ਕੀਤੀ ਹੈ ਇਹ ਅਜਿਹਾ ਦਿਹਾੜਾ ਜਿਹੜਾ ਹੈ ਆਪਾਂ ਨੂੰ ਮਹਾਰਾਜ ਸਾਹਿਬ ਜੀ ਦਾ ਪ੍ਰਾਪਤ ਹੋ ਰਿਹਾ ਹੈ ਅਜਿਹੇ ਦਿਨ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਉਂਦੇ ਪਏ ਐਸੇ ਸਮਰਾਤ ਸਤਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸਿਸੜੀਆਂ ਸਾਬ ਸਿਉ ਮੇਲੋ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਦ ਸੱਚੇ ਘਰ ਬਾਰਾ ਨਾਨਕ ਨਿਰਮਲ ਨਾਦ ਸਭ ਤੁੰ ਸੱਚ ਰਾਮੇ ਨਾਮ ਸਮਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ